ਦੇਖ ਰਹੇ ਹੋ ਜੀ ਪ੍ਰਾਈਮੇਸ਼ੀਆ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ ਅੱਜ ਵੀ ਜੋ ਪੰਜਾਬ ਦੀ ਸਿਆਸਤ ਹੈ ਉਹਦੀ ਗੱਲਬਾਤ ਕਰਾਂਗੇ ਕਿਉਂਕਿ ਹੁਣ ਚਾਰ ਜਿੰਦੀ ਚੋਣਾਂ ਦੇ ਲਈ ਹਫਤਾ ਕੁ ਹੋਰ ਵੱਧ ਗਿਆ ਹੁਣ ਜੇ ਉਹ ਇੱਕ ਹਫਤਾ ਹੋਰ ਵੱਧ ਜਵੇ ਤੇ ਫਿਰ ਉਹਦੇ ਵਿੱਚ ਆਪਣੇ ਹਿਸਾਬ ਨਾਲ ਕੁਛ ਨਾ ਕੁਛ ਗਰਮਾਹਟ ਤੇ ਆਊਗੀ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਕੁਝ ਇੱਕ ਧਾਰਮਿਕ ਮਸਲਿਆਂ ਦੀ ਉਹਦੇ ਤੇ ਵੀ ਕੁਛ ਨਾ ਕੁਛ ਹੋਣ ਨੇੜੇ ਲੱਗਣ ਦੀ ਆਸ ਬੱਜੀ ਆ ਉਹ ਕਿਉਂ ਆ ਉਹਦੇ ਤੇ ਗੱਲ ਆਉਣੇ ਆ ਪਰ ਪਹਿਲਾਂ ਆਪਾਂ ਪਮੇਰ ਸਿੰਘ ਬਾਟਰੋਂ ਨਾਲ ਜੁੜਦੇ ਕੀ ਹਾਲ ਨੇ ਵਾਟਸਐਪ ਚੜ੍ਹਦੀ ਕਲਾ ਸੰਧਾਲੀਆ ਸਭ ਠੀਕ ਠਾਕ ਆ ਜੀ ਸੀਤਾ ਕਿਦਾਂ ਸੀਤਾ ਸੀਤਾ ਠੀਕ ਨੇ ਵਧੀਆ ਪੰਜਾਬ ਦੇ ਵਿੱਚ ਜਿੱਦਾਂ ਦਾ ਮਾਹੌਲ ਹੈ ਧੂਆਂ ਥੋੜਾ ਜਿਹਾ ਘਟਿਆ ਜਾਪਦਾ ਆਪਣੇ ਆਪ ਹੀ ਇਧਰ ਉਧਰ ਹੋ ਗਿਆ ਹੋਣਾ ਪਰੇਸ਼ਾਨ ਜਾ ਹੋ ਕੇ ਕਿ ਭਾਈ ਸਾਰਿਆਂ ਨੇ ਇੱਥੇ ਕੀ ਕਰਨਾ ਇਕੱਠੇ ਜਾ ਹੋ ਕੇ ਤੇ ਠੀਕ ਆ ਸੀਤਾ ਵਧੀਆ ਪੰਜਾਬ ਦੀਆਂ ਵੀ ਸੀਤਾ ਵਧੀਆ ਕਿਉਂਕਿ ਸਿਹਤ ਤੇ ਵੱਲ ਧਿਆਨ ਉਦੋਂ ਜਾਂਦਾ ਹੁੰਦਾ ਜਦੋਂ ਬਾਕੀ ਸਮੱਸਿਆਵਾਂ ਥੋੜੀਆਂ ਹੋਣ ਜਿਹੜੇ ਲੋਕ ਇਲੈਕਸ਼ਨ ਦੇ ਵਿੱਚ ਰੁੱਝੇ ਆ ਉਹਨਾਂ ਨੂੰ ਵੀ ਆਪਣੀ ਸਿਹਤ ਦਾ ਨਹੀਂ ਚੇਤਾ ਜਿਹੜੇ ਝੋਨੇ 'ਚ ਫਸੇ ਆ ਉਹਨਾਂ ਨੂੰ ਵੀ ਨਹੀਂ ਚੇਤਾ ਚਲੋ ਝੋਨੇ ਨੂੰ ਲੈ ਕੇ ਤੇ ਕਈ ਤਰ੍ਹਾਂ ਦੀ ਚਰਚਾ ਹੈ ਜਿੱਦਾਂ ਮੈਂ ਇੱਕ ਬਿਆਨ ਸੁਣ ਰਿਹਾ ਸੀ ਬਹੁਤ ਆਦਾ ਹੁਣ ਤੁਹਾਨੂੰ ਦੱਸੂਗਾ ਕੈਪਟਨ ਮਰਿੰਦਰ ਸਿੰਘ ਹੋਰਾਂ ਦਾ ਇਹਦਾ ਉਹ ਕਹਿੰਦੇ ਆ ਕਿ ਵੀ ਜਿਹੜੀ ਐਮਐਸਪੀ ਹੈ ਉਹ ਕਿੰਨੀ ਕਿਤੇ ਵਧਾਈ ਜਾ ਸਕਦੀ ਹੈ ਕਿਉਂਕਿ ਆਲਰੇਡੀ ਖਾਦਾਂ ਦਵਾਈਆਂ ਬਾਕੀ ਸਾਰਾ ਕੁਝ ਮਹਿੰਗਾ ਹੋ ਗਿਆ ਖੇਤੀ ਜਿਹੜੀ ਆ ਉਹ ਘਾਟੇ ਦਾ ਸੌਦਾ ਬਣ ਗਈ ਕਿਉਂਕਿ ਉਹਦੀ ਲਾਗਤ ਵਧ ਗਈ ਆ ਇਸ ਲਾਗਤ ਦੇ ਹਿਸਾਬ ਨਾਲ ਜਿੰਨੀ ਉਪਜ ਹੁੰਦੀ ਆ ਉਸ ਉਪਜ ਦੇ ਉੱਪਰ ਜੇ ਮੰਨ ਲਓ ਇੱਕ ਫਿਕਸ ਪ੍ਰਾਈਸ ਦੇ ਉੱਪਰ ਖਰੀਦੇ ਵੀ ਸਰਕਾਰ ਤੇ ਬਾਅਦ ਦੇ ਵਿੱਚ ਕਿਉਂਕਿ ਉਹ ਜਿਹੜਾ ਅਨਾਜ ਹੁੰਦਾ ਉਹ ਸਰਕਾਰ ਨੇ ਗਾਂ ਗਰੀਬਾਂ 'ਚ ਵੰਡਣਾ ਹੁੰਦਾ ਤੇ ਉਹਦੀ ਲਾਗਤ ਤੇ ਉਸ ਤੋਂ ਬਾਅਦ ਖਰੀਦ ਤੇ ਖਰੀਦ ਤੋਂ ਬਾਅਦ ਉਹਦੀ ਜਿਹੜੀ ਵੰਡ ਪ੍ਰਣਾਲੀ ਆ ਉਹਦੇ ਤੇ ਇੰਨਾ ਕੁ ਜ਼ਿਆਦਾ ਖਰਚ ਹੋ ਜਾਂਦਾ ਵੀ ਇਹ ਸਾਰੇ ਕੁਝ ਨੂੰ ਆਪਾਂ ਬਹੁਤੀ ਦਿਰ ਤੱਕ ਚਲਾ ਨਹੀਂ ਸਕਦੇ ਇਹਦਾ ਕੋਈ ਨਾ ਕੋਈ ਜਿਹੜਾ ਬਦਲਿਆ ਖਾਸ ਕਰਕੇ ਉਹਨਾਂ ਨੇ ਬਦਲ ਜਿਹੜਾ ਪੰਜਾਬ ਦੇ ਵਿੱਚ ਉਹ ਇੰਡਸਟਰੀ ਦਿੱਤਾ ਕਿ ਵੀ ਇੰਡਸਟਰੀ ਵਾਲੇ ਪਾਸੇ ਆਪਾਂ ਨੂੰ ਹੁਣ ਜ਼ੋਰ ਲਾਉਣਾ ਪੈਣਾ ਫਿਰ ਜਾ ਕੇ ਜਿਹੜਾ ਪੰਜਾਬ ਆ ਉਹ ਇਥੋਂ ਨਿਕਲ ਸਕਦਾ ਹੁਣ ਕੈਪਟਨ ਸਾਹਿਬ ਮੇਰਾ ਖਿਆਲ ਹੈ ਜੇ ਆਹ ਹੋਣ ਵਾਲੀ ਸਰਕਾਰ ਤੋਂ ਪਿਛਲੀ ਸਰਕਾਰ ਚ ਮੁੱਖ ਮੰਤਰੀ ਸੀ ਜਦੋਂ ਉਹ ਮੁੱਖ ਮੰਤਰੀ ਬਣੇ ਸੀ ਉਦੋਂ ਕਹਿੰਦੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਣਾ ਸਾਰਾ ਕੁਝ ਬੇਜਾ ਬੇਜਾ ਕਰਾ ਦੇਣੀ ਆ ਹੁਣ ਜਦੋਂ ਅਗਲੀ ਸਰਕਾਰ ਚੱਲਦੀ ਪਈ ਐ ਤੇ ਉਹ ਪਾਰਟੀ ਬਦਲ ਗਿਆ ਹੁਣ ਇਹਨਾਂ ਨੂੰ ਲੱਗਦਾ ਵੀ ਖੇਤੀ ਜਿਹੜੀ ਉਹ ਕਾਟੇ ਦਾ ਸੌਦਾ ਦੇਖੋ ਸੰਧਾਲੀ ਜੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਬੜੇ ਸਿਆਣੇ ਬੰਦੇ ਨੇ ਸਿਆਣੇ ਨੇ ਇਸੇ ਕਰਕੇ ਪੰਜਾਬ ਦੇ ਲੋਕਾਂ ਨੇ ਦੋ ਵਾਰੀ ਮੁੱਖ ਮੰਤਰੀ ਬਣਾਇਆ ਹੋਣਾ ਉਹਨਾਂ ਨੂੰ ਨਹੀਂ ਤਾਂ ਬੰਦਾ ਵੱਧ ਤੋਂ ਵੱਧ ਇੱਕ ਵਾਰੀ ਬਣ ਸਕਦਾ ਹੁੰਦਾ ਜੇ ਸਿਆਣਾ ਨਾ ਹੋਵੇ ਦੂਜੀ ਵਾਰ ਜਦੋਂ ਚੁਣਿਆ ਜਾਂਦਾ ਤੇ ਆਪਾਂ ਉਹਨਾਂ ਨੂੰ ਸਿਆਣੇ ਮੰਨਣਾ ਸਿਆਣੇ ਬੰਦੇ ਆ ਮੈਂਬਰ ਪਾਰਲੀਮੈਂਟ ਵੀ ਬਣੇ ਵੱਖ-ਵੱਖ ਅਹੁਦਿਆਂ ਦੇ ਉੱਤੇ ਰਹੇ ਇਹ ਬਿਆਨ ਬਹੁਤ ਮਹੱਤਵਪੂਰਨ ਹੈ ਬਹੁਤ ਧਿਆਨ ਮੰਗਦਾ ਇਹ ਗੱਲ ਠੀਕ ਹੈ ਕੈਪਟਨ ਅਮਰਿੰਦਰ ਸਿੰਘ ਗੁਰਾਂ ਦੀ ਬਿਲਕੁਲ ਠੀਕ ਹੈ ਕਿ ਖੇਤੀਬਾੜੀ ਘਾਟੇ ਦਾ ਸੌਦਾ ਖੇਤੀਬਾੜੀ ਦੇ ਵਿੱਚ ਓਨੀ ਆਮਦਨ ਨਹੀਂ ਹੁੰਦੀ ਜਿੰਨੀ ਮੁਕਾਬਲਤਨ ਬਾਕੀ ਕਿੱਤਿਆਂ ਦੇ ਵਿੱਚ ਆਮਦਨ ਹੈਗੀ ਐ ਇੱਥੇ ਪਤਾ ਹੀ ਨਹੀਂ ਕਿ ਤੁਹਾਨੂੰ ਆਮਦਨ ਹੋਣੀ ਵੀ ਹੈ ਕਿ ਨਹੀਂ ਹੋਣੀ ਕਿ ਤੁਹਾਨੂੰ ਘਾਟਾ ਹੀ ਪੈ ਜਾਣਾ ਹਾਂ ਬਹੁਤੀ ਆਮਦਨ ਨਹੀਂ ਹੋ ਸਕਦੀ ਕਿ ਤੁਹਾਡੇ ਵਾਰੇ ਨਿਆਰੇ ਹੋ ਜਾਣ ਇਹ ਵੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਠੀਕ ਆਖੀ ਕਿ ਐਮਐਸਪੀ ਕਿੰਨੀ ਕੁ ਵਧਾਈ ਜਾ ਸਕਦੀ ਐ ਕਿਤੇ ਮਾਮੂਲੀ ਵਧਣੀ ਐ ਇਹ ਵੀ ਗੱਲ ਠੀਕ ਐ ਕਿ ਉਦਯੋਗ ਆਉਣੇ ਚਾਹੀਦੇ ਐ ਮੈਂ ਇੱਕ ਇੱਕ ਕਰਕੇ ਉਧਰ ਨੂੰ ਤੁਰਦਾ ਉਦਯੋਗ ਲਿਆਉਣੇ ਆ ਤਾਂ ਫਿਰ ਪੌਣੇ 10 ਸਾਲ ਕੈਪਟਨ ਅਮਰਿੰਦਰ ਸਿੰਘ ਔਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਉਹ ਕਹਿੰਦੇ ਜੀ ਮਾਹੌਲ ਠੀਕ ਹੋਣਾ ਚਾਹੀਦਾ ਹੈ ਇੰਡਸਟਰੀ ਫੇਅਰ ਆਉਂਦੀ ਹੈ ਜੇ ਉਤਸ਼ਾਹਪੂਰਵਕ ਮਾਹੌਲ ਕਿਸੇ ਸੂਬੇ ਦੇ ਵਿੱਚ ਹੋਏਗਾ ਤਾਂ ਉਦਯੋਗਪਤੀ ਇਨਵੈਸਟਮੈਂਟ ਤਾਂ ਕਰਨਗੇ ਮੈਨੂੰ ਯਾਦ ਹੈ ਐਮਓਯੂ ਸਾਈਨ ਕੀਤੇ ਜਾਂਦੇ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਬਹੁਤ ਸਾਰੀ ਉਦਯੋਗਪਤੀਆਂ ਦੇ ਨਾਲ ਮੁਲਾਕਾਤਾਂ ਕੈਪਟਨ ਸਾਹਿਬ ਦੀਆਂ ਵੀ ਚੱਲਦੀਆਂ ਸਨ ਨਾਲ ਦੀ ਨਾਲ ਇੱਕ ਅੱਧਾ ਕਾਗਜ਼ ਕਿਤੇ ਉਹ ਪੱਤਰਕਾਰਾਂ ਦੇ ਸਾਹਮਣੇ ਗੱਲਬਾਤ ਕਰਦੇ ਆ ਰੱਖ ਦਿੰਦੇ ਤਾਂ ਚੰਗਾ ਹੁੰਦਾ ਕਿ ਜਦੋਂ ਉਹ ਕਾਂਗਰਸ ਪਾਰਟੀ ਵੱਲੋਂ ਪੌਣੇ 10 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਤਾਂ ਕਿੰਨੇ ਐਮਓਯੂ ਸਾਈਨ ਹੋਏ ਉਹਨਾਂ ਦੇ ਵਿੱਚੋਂ ਕਿੰਨੇ ਜ਼ਮੀਨੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਆਏ ਫੈਕਟਰੀਆਂ ਲੱਗੀਆਂ ਤੇ ਕਿੰਨਾ ਕੁ ਖੁਸ਼ਹਰਮਾ ਉਦੋਂ ਮਾਹੌਲ ਸੀ ਨੰਬਰ 2 ਜਿਹੜੇ ਉਹ ਇਹ ਠੀਕ ਗੱਲ ਉਹਨਾਂ ਨੇ ਕਹੀ ਆ ਕਿ ਜੇ ਐਮਐਸਪੀ ਬਹੁਤੀ ਵਧਾ ਦਿੱਤੀ ਜਾਵੇ ਤਾਂ ਜਿਹੜੇ ਆਮ ਲੋਕਾਂ ਨੇ ਚੀਜ਼ਾਂ ਖਰੀਦਣੀਆਂ ਤੇ ਕਿਵੇਂ ਖਰੀਦਣਗੇ ਮੰਨ ਲਓ ਕਿ ਕਣਕੇ 2500 ਨੂੰ ਕੁਇੰਟਲ ਮੰਨ ਲਓ ਜੇ ਝੋਨਾ 2500 ਨੂੰ ਕੁਇੰਟਲ ਹੈ ਝੋਨੇ ਤੇ ਆ ਜੰਨੇ ਆ ਸੀਜ਼ਨ ਉਹਦਾ ਹੈ ਤੇ 2500 ਨੂੰ ਜੇ ਝੋਨਾ ਕੁਇੰਟਲ ਹੈ ਤਾਂ ਫਿਰ ਉਸਰਾਛੜੂ ਕੇ ਝੋਨਾ ਉਹਦੇ ਵਿੱਚੋਂ ਚੌਲ ਕੱਢ ਕੇ 35ਆਂ ਨੂੰ ਮੰਨ ਲਓ ਕਿ ਆਮ ਲੋਕਾਂ ਨੂੰ ਮਿਲਦਾ ਹੈ ਜਾਂ 40ਆਂ ਨੂੰ ਮਿਲਦਾ ਹੈ ਹੁਣ ਪੱਛੀਆਂ ਦਾ ਕਿਸਾਨ ਦਾ 40ਆਂ ਦਾ ਆਮ ਬੰਦੇ ਦਾ ਤਾਂ ਜੇ ਪੱਛੀਆਂ ਦੀ ਜਗ੍ਹਾ ਦੇ ਉੱਤੇ 2800 ਜਾਂ 2900 ਕੀਮਤ ਕਰ ਦਿੱਤੀ ਜਾਊ ਐਮਐਸਪੀ ਇੰਨੀ ਵਧਾ ਦਿੱਤੀ ਜਾਵੇ ਤਾਂ ਫਰウダー 40ਆਂ ਤੋਂ 60ਆਂ ਦਾ ਹੋ ਜੂ ਤੇ ਆਮ ਬੰਦਾ ਖਰੀਦੂ ਕਿਦਾਂ ਹੁਣ ਮੈਨੂੰ ਲੱਗਦਾ ਫਾਰਮੂਲਾ ਤਾਂ ਕਿਤਨੇ-ਕਿਤੇ ਵੀ ਚਾਹੀਦਾ ਕਿ ਜਿਹੜੇ ਕਮਜ਼ੋਰ ਲੋਕ ਨੇ ਕਮਜ਼ੋਰ ਲੋਕ ਵਿੱਤੀ ਤੌਰ ਦੇ ਉੱਤੇ ਹੂੰ ਉਹਨਾਂ ਨੂੰ ਸਸਤੇ ਭਾਅ ਅਨਾਜ ਦੇਣਾ ਪੈਂਦਾ ਹੈ ਕੈਪਟਨ ਸਾਹਿਬ ਉਸ ਸਿਆਸੀ ਪਾਰਟੀ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਜਿਹਨਾਂ ਦੀ ਲਗਾਤਾਰ ਤੀਸਰੀ ਵਾਰੀ ਦੇਸ਼ ਦੇ ਵਿੱਚ ਸਰਕਾਰ ਹੈ ਕੀ ਕੋਈ ਇਦਾਂ ਦੀ ਸਕੀਮ ਨਹੀਂ ਸੰਧਾਲੀ ਆ ਸਭ ਹੁਣੀ ਚਾਹੀਦੀ ਕਿ ਜਿਹੜੇ ਲੋਕਾਂ ਨੂੰ ਅਜੇ ਵੀ ਮੁਫਤ ਅਨਾਜ ਦੇਣਾ ਪੈਂਦਾ ਹੈ ਜਾਂ ਸਸਤੇ ਭਾਅ ਅਨਾਜ ਦੇਣਾ ਪੈਂਦਾ ਹੈ ਕਿ ਉਹਨਾਂ ਲੋਕਾਂ ਨੂੰ ਪੈਰਾਂ ਤੇ ਖੜਾ ਕਰੀਏ ਉਹਨਾਂ ਲੋਕਾਂ ਦੇ ਲਈ ਰੋਜ਼ਗਾਰ ਏਡਾ ਵਧੀਆ ਉਤਪਨ ਕਰੀਏ ਕਿ ਉਹ ਆਮਦਨ ਕਮਾਉਣ ਤੇ ਉਹਨਾਂ ਨੂੰ ਮੁਫਤ ਜਾਂ ਸਬਸਿਡੀ ਵਾਲਾ ਅਨਾਜ ਦੇਣਾ ਹੀ ਨਾ ਪਵੇ ਉਹਨਾਂ ਨੂੰ 46 ਰੁਪਈਆ ਵੀ ਚੌਲ ਮਹਿੰਗਾ ਨਾ ਲੱਗੇ ਕਿਸਾਨ ਆਪਣੀ ਫਸਲ ਬੀਜਦਾ ਹੈ ਕਿਸਾਨ ਜਦੋਂ ਫਸਲ ਬੀਜਦਾ ਉਹਦੇ ਤੇ ਲਾਗਤ ਆਉਂਦੀ ਹੈ ਲਾਗਤ ਦੇ ਹਿਸਾਬ ਨਾਲ ਉਹਨੂੰ ਉਹਦਾ ਮੁੱਲ ਮਿਲੇ ਕਿਸਾਨ ਵੀ ਖੁਸ਼ਹਾਲ ਜਿਹੜਾ ਗੈਰ ਖੇਤੀਬਾੜੀ ਵਾਲਾ ਬੰਦਾ ਆਪਣੇ ਪੈਰਾਂ ਤੇ ਖਲੋਵੇ ਤੇ ਉਹਨੂੰ ਮਹਿੰਗੀ ਨਾ ਲੱਗੇ ਚੀਜ਼ਾਂ ਦੂਸਰੀ ਗੱਲ ਵੀ ਇੱਕ ਹੋ ਸਕਦੀ ਹੈ ਮੈਂ ਇਸ ਕਰਕੇ ਗੱਲ ਕਰ ਰਿਹਾ ਕੈਪਟਨ ਸਾਹਿਬ ਦੁਬਾਰਾ ਸਰਗਰਮ ਹੋਏ ਨੇ ਬਾਰ-ਬਾਰ ਮੀਡੀਆ ਚ ਉਹਨੇ ਆਉਣਾ ਹੈ ਖੇਤੀਬਾੜੀ ਦੀ ਲਾਗਤ ਘਟਾ ਦਿਓ ਜੇ ਕਿਸਾਨ ਦਾ ਮੰਨ ਲਓ ਕਿ ਐਮਐਸਪੀ ਘਟ ਵਧਣੀ ਹੈ ਕੋਈ ਗੱਲ ਨਹੀਂ ਮੰਨ ਲਓ 2500 ਰੁਪਏ ਪ੍ਰਤੀ ਕੁਇੰਟਲ ਝੋਨੇ ਦੀ ਐਮਐਸਪੀ ਹੈ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਮਿਲਣੀ ਹੈ ਸਰਕਾਰੀ ਖਰੀਦ ਹੈ ਉਹਦੇ ਤੇ ਕਿਸਾਨ ਦੀ ਲਾਗਤ ਮੰਨ ਲਓ 2100 ਨੂੰ ਕੁਇੰਟਲ ਹੈ ਖਾਦ ਦਾ ਰੇਟ ਹੋਰ ਘਟਾ ਦਿਓ ਖੇਤੀਬਾੜੀ ਦੇ ਜਿਹੜੇ ਸੰਦ ਨੇ ਉਹ ਯਾਰ ਨੇ ਉਹਨਾਂ ਦਾ ਰੇਟ ਹੋਰ ਘਟਾ ਦਿਓ ਦਵਾਈਆਂ ਦਾ ਰੇਟ ਘਟਾ ਦਿਓ ਖਾਦਾਂ ਦਾ ਰੇਟ ਘਟਾ ਦਿਓ ਹੋਰ ਜਿਹੜੀਆਂ ਚੀਜ਼ਾਂ ਖੇਤੀਬਾੜੀ ਦੇ ਵਿੱਚ ਵਰਤੋਂ ਚਾਹੁੰਦੀਆਂ ਉਹਨਾਂ ਦੇ ਰੇਟ ਘਟਾ ਦਿਓ ਜੇ 2100 ਲਾਗਤ ਪੈਂਦੀ ਸੀ ਲਾਗਤ 1800 ਰਹਿ ਜਾਊ ਤਾਂ ਜੇ ਲਾਗਤ 1800 ਰਹਿ ਜਾਊ ਉਹਨੂੰ 2500 ਹੀ ਦੇ ਦਿਓ ਉਹਨੂੰ 2500 ਇੱਕ ਰੁਪਈਆ ਬਣਾ ਦਿਓ ਕਿਸਾਨ ਦੀ ਆਮਦਨ ਵੀ ਵੱਧ ਗਈ ਜਾਨੀ ਢੰਗ ਤਰੀਕਾ ਤਾਂ ਕੋਈ ਨਾ ਕੋਈ ਅਪਣਾਉਣਾ ਪਊਗਾ ਨਾ ਲੋਕਾਂ ਦਾ ਢਿੱਡ ਵੀ ਭਰਨਾ ਹੈ ਕੱਲਾ ਖੇਤ ਉਦਯੋਗਾਂ ਨਾਲ ਨਹੀਂ ਭਰਨਾ ਉਹ ਖੇਤੀਬਾੜੀ ਨਾਲ ਭਰਨਾ ਹੈ ਇਕ ਕੰਮ ਲੱਗਦਾ ਵੀ ਇੱਕ ਚੀਜ਼ ਆਪਾਂ ਇਹਦੇ ਵਿੱਚ ਬਹੁਤ ਕਲੀਅਰ ਕਰ ਦਈਏ ਜਿੱਦਾਂ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਦਾ ਲੰਮਾ ਚੌੜਾ ਤਜਰਬਾ ਸਿਆਣੇ ਸਿਆਸਤਦਾਨ ਨੇ ਇਹ ਗੱਲ ਮੰਨੀ ਪਰ ਜਿੰਨੀ ਮੈਨੂੰ ਇਹ ਇਕਨੋਮਿਕਸ ਦੀ ਸਮਝ ਆਉਂਦੀ ਹੈ ਇਹਦੇ ਚ ਇੱਕ ਗੱਲ ਇਹ ਵੀ ਤੇ ਪੜਾਈ ਜਾਂਦੀ ਹੁੰਦੀ ਹੈ ਨਾ ਕਿ ਜਦੋਂ ਆਪਾਂ ਸਟੇਟ ਦੀ ਗੱਲ ਕਰਦੇ ਆਂ ਤੇ ਸਟੇਟ ਨੇ ਉਹਦੇ ਵਿੱਚੋਂ ਆਮਦਨ ਨਹੀਂ ਕਮਾਉਣੀ ਹੁੰਦੀ ਸਟੇਟ ਨੇ ਇਹ ਦੇਖਣਾ ਹੁੰਦਾ ਕਿ ਵੀ ਜਿਹੜੇ ਵੀ ਉਹਦੇ ਅੰਡਰ ਲੋਕ ਆਉਂਦੇ ਨੇ ਜਾਂ ਜਿਹੜੇ ਨਾਗਰਿਕ ਨੇ ਉਹ ਜਿਸ ਵੀ ਕਹੋ ਕਿ ਆਮਦਨ ਪੱਧਰ ਦੇ ਨੇ ਉਹਨਾਂ ਦੀ ਆਮਦਨ ਦੇ ਹਿਸਾਬ ਨਾਲ ਉਹਨਾਂ ਦਾ ਢਿੱਡ ਭੁੱਖਾ ਨਾ ਰਹੇ ਜਿਹੜਾ ਬੰਦਾ ਉਸ ਚੀਜ਼ ਨੂੰ ਪੈਦਾ ਕਰਦਾ ਉਹਨੂੰ ਵੀ ਕੋਈ ਨਾ ਕੋਈ ਸਬਸਿਡੀ ਹੋਵੇ ਮੈਂ ਉਦਾਹਰਨ ਦੇ ਦਿਆਂ ਜਿੱਦਾਂ ਆਪਾਂ ਇੰਡਸਟਰੀਜ਼ ਦੇ ਕਈ-ਕਈ ਕਰੋੜ ਦੇ ਕਰਜ਼ੇ ਮਾਫ਼ ਕਰਨ ਦੀਆਂ ਖਬਰਾਂ ਸੁਣਦੇ ਹੁੰਨੇ ਆ ਇਹਦਾ ਮਤਲਬ ਵੀ ਉੱਥੇ ਕਿਤੇ ਨਾ ਕਿਤੇ ਰਿਵੈਟ ਦਿੱਤੀ ਜਾਂਦੀ ਹੈ ਜਾਂ ਕਈਆਂ ਥਾਵਾਂ ਦੇ ਉੱਪਰ ਜਿੱਥੇ ਇੱਥੇ ਬਿਜਲੀ ਨਹੀਂ ਲਵਾਵਾਂਗੇ ਇੱਥੇ ਫਲਾਨਾ ਟੈਕਸ ਨਹੀਂ ਲਵਾਵਾਂਗੇ ਤੇ ਆਹ ਨਹੀਂ ਕਰਾਂਗੇ ਤੇ ਜ਼ਮੀਨ ਸਸਤੇ ਭਾਅ ਦੇ ਦੇਵਾਂਗੇ ਸਰਕਾਰ ਇੰਡਸਟਰੀ ਲਈ ਕਰਦੀ ਹੈ ਤੇ ਜੇ ਮੰਨ ਲਓ ਹੁਣ ਆਪਾਂ ਨੂੰ ਲੱਗਦਾ ਵੀ ਖੇਤੀ ਦੇ ਵਿੱਚ ਜ਼ਿਆਦਾ ਲਾਗਤ ਆ ਰਹੀ ਹੈ ਤੇ ਫਿਰ ਉਹਦੇ ਲਈ ਵੀ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਦੂਜੀ ਬੇ ਜਦੋਂ ਆਪਾਂ ਗੱਲ ਕਰਦੇ ਆਂ ਖੇਤੀ ਦੀ ਹੁਣ ਪੰਜਾਬ ਦੇ ਵਿੱਚ ਸਾਰੇ ਪਾਸੇ ਜਿੱਧਰ ਝਾਤੀ ਮਾਰੋ ਤੁਸੀਂ ਜ਼ਮੀਨ ਹੀ ਜ਼ਮੀਨ ਹੈ ਖੇਤੀ ਹੈ ਕਿਸੇ ਕੋਲੇ ਥੋੜੀਆ ਕਿਸੇ ਕੋਲੇ ਬਹੁਤੀਆ ਜੇ ਥੋੜੀਆ ਤੇ ਉਹ ਆਪਣੇ ਹਿਸਾਬ ਨਾਲ ਕੋਈ ਠੇਕੇ ਤੇ ਲੈ ਕੇ ਕਰੀ ਜਾਂਦਾ ਜੇ ਕਿਸੇ ਕੋਲੇ ਨਹੀਂ ਹੈ ਤੇ ਉਹ ਕੋਈ ਦੂਸਰੇ ਦੇ ਨਾਲ ਲਾ ਕੇ ਕਰੀ ਜਾਂਦਾ ਜੇ ਕੋਈ ਹੀਟਲਾ ਤਬਕਾ ਉਹਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣਾ ਕੁਝ ਕਮਾ ਲੈਂਦਾ ਹੁਣ ਮੈਂ ਇਹ ਸੋਚਦਾ ਸੀ ਕਿ ਜਿੰਨੀ ਨੇੜੇ-ਨੇੜੇ ਮੰਨ ਲਓ ਕਿਸੇ ਦੀ ਦੋ ਆਪਾਂ 2 1/2 ਏਕੜ ਵਾਲੇ ਆਮ ਕਿਸਾਨਾਂ ਦੀ ਗੱਲ ਕਰਦੇ ਆਂ ਵੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਦੋ ਤੋਂ 5 ਏਕੜ ਦੀ ਹੁਣ 2 ਤੋਂ 5 ਏਕੜ ਵਾਲਾ ਕਿਸਾਨ ਖੇਤੀ ਤੇ ਕਰ ਸਕਦਾ ਜੇ ਆਪਾਂ ਉਹਦੀ ਮੰਨ ਲਓ ਲਾਗਤ ਘਟਾ ਦਈਏ ਉਹਨੂੰ ਸਬਸਿਡੀ ਦੇ ਦਈਏ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਥੋੜਾ ਜਿਹਾ ਚਾਹੇ ਕੋ ਡੀਜ਼ਲ ਦੇ ਉੱਪਰ ਚਾਹੇ ਖਾਦਾਂ ਤੇ ਚਾਹੇ ਦਵਾਈਆਂ ਤੇ ਚਾਹੇ ਬਾਅਦ ਦੇ ਵਿੱਚ ਤਾਂ ਹੁੰਦਾ ਵੀ ਆਹ ਐਮਐਸਪੀ ਇਹਦੇ ਉੱਪਰ ਤੁਹਾਡਾ ਆ ਬੋਨਸ ਕੁਛ ਨਾ ਕੋਈ ਸਰਕਾਰਾਂ ਦਿੰਦੀਆਂ ਹੁੰਦੀਆਂ ਉਹਦੀ ਬਜਾਏ ਆਪਾਂ ਕਹੀਏ ਪੀ ਇੰਡਸਟਰੀ ਤੇ ਜਿਹੜਾ ਉਦਯੋਗ ਨੇ ਉਹੀ ਹਾਲਿਆ ਹੁਣ ਇਹਦੇ ਤੋਂ ਤਾਂ ਮੈਨੂੰ ਦੋ ਗੱਲਾਂ ਨਜ਼ਰ ਆਉਂਦੀਆਂ ਵੀ ਜਾਂ ਤੇ 2 ਢਾਈ 5 ਏਕੜ ਵਾਲਾ ਜਿਹੜਾ ਉਹਦੀ ਵੀ ਇੰਡਸਟਰੀ ਲੱਗ ਜੂਗੀ ਉਹਨ ਕਿ ਜਾਂ ਫਿਰ ਕੈਪਟਨ ਸਾਹਿਬ ਇਹ ਸੋਚਦੇ ਆ ਕਿ ਜਿਹੜਾ 2 2 5 ਏਕੜ ਵਾਲਾ ਕਿਸਾਨ ਆ ਉਹ ਫੇਰ ਖੇਤੀ ਕਰ ਨਹੀਂ ਸਕਦਾ ਇੰਡਸਟਰੀ ਸੀ ਕਿਸੇ ਦੀ ਲਾ ਦੇਾਂਗੇ ਉਹ ਸਵੇਰੇ ਸਾਈਕਲ ਦੇ ਨਾਲ ਆਪਣਾ ਡੱਬਾ ਬੰਨ੍ਹ ਲਵੇ ਰੋਟੀ ਵਾਲਾ ਤੇ ਫਿਰ ਉਹਦੇ ਬਾਅਦ ਫੈਕਟਰੀ ਜਾ ਕੇ ਕੰਮ ਕਰਿਆ ਕਰੇ ਫਿਰ ਉਹਨੂੰ ਰੋਟੀ ਮਿਲੂਗੀ ਹੁਣ ਇਹ ਮੇਰਾ ਖਿਆਲ ਥੋੜਾ ਜਿਹਾ ਕਲੀਅਰ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਹੁਣ ਪਤਾ ਨਹੀਂ ਕਿ ਇਸ ਬਿਆਨ ਪਿੱਛੇ ਕੀ ਨੀਤੀ ਸੀ ਕੀ ਨੀਅਤ ਸੀ ਜਾਂ ਉਹ ਕਿਹੜੀ ਚੀਜ਼ ਨੂੰ ਡਿਫੈਂਡ ਕਰਨਾ ਚਾਹੁੰਦੇ ਕੀ ਨਹੀਂ ਕਰਨਾ ਚਾਹੁੰਦੇ ਪਰ ਜੇ ਉਹ ਸਾਰੇ ਕੁਝ ਨੂੰ ਕਲੀਅਰ ਕਰ ਦਮ ਕਿ ਅੱਛਾ ਯਾਰ ਜੇ ਮੈਂ ਇੰਡਸਟਰੀ ਦੀ ਗੱਲ ਕਰ ਜੇ ਆਪਾਂ ਖੇਤੀ ਦੀ ਗੱਲ ਕਰਦੇ ਆਂ ਵੀ ਉਹ ਘਾਟੇਵੰਦਾ ਤੇ ਅਸੀਂ ਉਹਦੇ ਲਈ ਕੀ ਨਹੀਂ ਕਰ ਸਕਦੇ ਜਾਂ ਸਰਕਾਰ ਉਹਦੇ ਲਈ ਕੀ ਨਹੀਂ ਕਰ ਸਕਦੀ ਉਹ ਵੀ ਮੇਰੇ ਖਿਆਲ ਜੇ ਕਲੀਅਰ ਕਰ ਦਿੰਦੇ ਜਿਆਦਾ ਵਧੀਆ ਗੱਲ ਨਹੀਂ ਠੀਕ ਹੈ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਨੂੰ ਪਾਣੀ ਲਾਉਂਦਾ ਨਾ ਜਿਹੜੀ ਆੜ ਕੱਢੀ ਹੁੰਦੀ ਆ ਉਹ ਆੜ ਕਈ ਤਾਂ ਬੜੀਆਂ ਸਾਫ਼ ਸੁਥਰੀਆਂ ਆੜਾਂ ਹੁੰਦੀਆਂ ਮਜ਼ਬੂਤ ਵਟਾਂ ਹੁੰਦੀਆਂ ਉਹਦੇ ਵਿੱਚ ਤੁਹਾਨੂੰ ਫਿਕਰ ਨਹੀਂ ਹੁੰਦਾ ਤੁਸੀਂ ਇੱਕ ਵਾਰੀ ਮੋਟਰ ਚਲਾ ਦੇਓ ਤੁਹਾਨੂੰ ਪਤਾ ਹੁੰਦਾ ਕਿ 2 ਘੰਟੇ 'ਚ ਕਿਹੜਾ ਭਰਨਾ ਤਾਨੂੰ 2 ਘੰਟੇ ਦੁਆਰਾ ਗਿੜਾ ਮਾਰਨ ਦੀ ਵੀ ਨਹੀਂ ਰੋਡ ਤੁਸੀਂ ਇੱਕ ਅੱਧੀ ਵਾਰ ਹੀ ਆਉਨੇ ਹੋ ਤੱਕ ਕੇ ਚਲੇ ਜਾਨੇ ਹੋ ਪਰ ਕਈ ਵਾਰੀ ਇਦਾਂ ਦੀਆਂ ਪੁਰਾਣੀਆਂ ਵਟਾਂ ਹੁੰਦੀਆਂ ਜਿਹਦੇ ਵਿੱਚ ਨੌਰ ਬਹੁਤ ਪੈਂਦੇ ਆ ਜਿਹਦੇ ਵਿੱਚ ਰੋਡ ਤੁਸੀਂ ਕਹਿੰਦੇ ਹੋ ਡੁੱਡ ਅਸੀਂ ਕਹਿੰਦੇ ਆ ਉਹ ਬਹੁਤ ਹੁੰਦੀਆਂ ਉੱਥੇ ਕਿਸਾਨ ਘਰ ਨੂੰ ਨਹੀਂ ਜਾਂਦਾ ਉੱਥੇ ਜਿੰਨੀ ਦੇਰ ਪਾਣੀ ਲੱਗਦਾ ਕਿਸਾਨ ਉੱਥੇ ਗਿੜੇ ਤੇ ਗਿੜਾ ਮਾਰਦਾ ਰਹਿੰਦਾ ਉਹਨੂੰ ਪਤਾ ਹੁੰਦਾ ਕਿ ਭਾਈ ਜੇ ਮੈਂ ਇੱਥੇ ਗਿੜਾ ਨਾ ਰੱਖਿਆ ਤਾਂ ਪਾਣੀ ਖੇਤ ਦੇ ਅੰਦਰ ਘਟ ਜਾਣਾ ਤੇ ਆਲੇ ਦੁਆਲੇ ਨੂੰ ਵੱਧ ਚਲੇ ਜਾਣਾ ਤੇ ਮੇਰਾ ਖੇਤ ਭਰਨਾ ਨਹੀਂ ਇਹ ਜਿੰਨੀਆਂ ਵੀ ਸਰਕਾਰਾਂ ਰਹੀਆਂ ਅੱਜ ਤੱਕ ਜਦੋਂ ਇਹ ਦੇਸ਼ ਆਜ਼ਾਦ ਹੋਇਆ ਜਾਂ ਪੰਜਾਬ 1966 'ਚ ਮੌਜੂਦਾ ਸਰੂਪ 'ਚ ਬਣਿਆ ਤੇ ਅੱਜ ਤੱਕ ਦੀ ਸਰਕਾਰ ਸਾਡੇ ਕੋਲੋਂ ਪਾਣੀ ਖੇਤ ਨੂੰ ਘਟ ਲੱਗਾ ਤੇ ਆਲੇ-ਦੁਆਲੇ ਨੂੰ ਵੱਧ ਗਿਆ ਸਾਡੇ ਕੋਲੋਂ ਟੈਕਸਚੁਰੀ ਰੁਕੀ ਸਾਡੇ ਕੋਲੋਂ ਬਿਜਲੀ ਚੋਰੀ ਰੁਕੀ ਨਹੀਂ ਰੁਕੀ ਸਾਡੇ ਕੋਲੋਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਗਰੰਟੀਆਂ ਇੱਧਰ-ਉੱਧਰ ਹੁੰਦੀਆਂ ਉਹ ਰੁਕੀਆਂ ਨਹੀਂ ਰੁਕੀਆਂ ਜਿੱਥੋਂ ਕਿਤੇ ਸਟੇਟ ਦੀ ਇਨਕਮ ਕਮਾਈ ਜਾ ਸਕਦੀ ਸੀ ਤੇ ਉਹ ਮੁੜ ਕੇ ਕਿਸਾਨ ਜਾਂ ਗੈਰ-ਖੇਤੀਬਾੜੀ ਵਾਲੇ ਨੂੰ ਦਿੱਤੀ ਜਾ ਸਕਦੀ ਸੀ ਅਸੀਂ ਉਧਰਲੇ ਪਾਸੇ ਤੁਰਈ ਨਹੀਂ ਅੱਜ ਕੱਲਾ ਕਿਸਾਨ ਨਜ਼ਰ ਆਉਂਦਾ ਹੈ ਮਜ਼ਦੂਰ ਨਜ਼ਰ ਆਉਂਦਾ ਹੈ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜਾ ਕਿਉਂਕਿ ਜਿਹਨੇ ਖੇਤੀਬਾੜੀ ਸੈਕਟਰ ਦੇ ਵਿੱਚ ਕੰਮ ਕਰਨਾ ਨਾ ਸੰਧਾਲੀਆ ਸਭ ਖੇਤ ਮਜ਼ਦੂਰ ਨੇ ਉਹਨੂੰ ਬਹੁਤੀ ਟ੍ਰੇਨਿੰਗ ਦੀ ਲੋੜ ਨਹੀਂ ਉਹ ਪਿੰਡ ਦਾ ਬੰਦਾ ਹੁੰਦਾ ਪਿੰਡ ਦੇ ਖੇਤ ਦੇ ਵਿੱਚ ਕੰਮ ਕਰਦਾ ਤੇ ਉਹਨੂੰ ਇੱਕ ਦੋ ਦਿਹਾੜੀਆਂ ਦੇ ਵਿੱਚ ਪਤਾ ਲੱਗ ਜਾਂਦਾ ਮੈਂ ਕੰਮ ਕਿਵੇਂ ਕਰਨਾ ਹੈ ਪਰ ਜੇ ਕੱਲ ਨੂੰ ਇੰਡਸਟਰੀ ਆ ਗਈ ਕੀ ਸਾਡੇ ਕੋਲੇ ਇੰਨੇ ਇੰਸਟੀਟਿਊਸ਼ਨਸ ਹੈਗੇ ਨੇ ਤੇ ਉਹ ਇੰਸਟੀਟਿਊਸ਼ਨਸ ਇੰਨੇ ਗਰਾਊਂਡ ਪੱਧਰ ਦੇ ਉੱਤੇ ਕੰਮ ਕਰਦੇ ਆ ਕਿ ਅਸੀਂ ਪਿੰਡਾਂ ਦੀ ਜਿਹੜੀ ਖੇਤੀਬਾੜੀ ਦੇ ਵਿੱਚ ਕੰਮ ਕਰਦੀ ਲੇਬਰ ਹੈ ਜਿਹੜੇ ਕਿਰਤੀ ਇਨਸਾਨ ਨੇ ਅਸੀਂ ਉਹਨਾਂ ਨੂੰ ਇੱਕੋਦਮ ਸਕਿੱਲ ਕਰਕੇ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਯੋਗ ਬਣਾ ਦੇਾਂਗੇ ਕਿੰਨੀ ਵਾਰੀ ਰੌਲਾ ਰੱਪਾ ਪੈਂਦਾ ਹੁੰਦਾ ਕਿ ਭਾਈ ਜਦੋਂ ਪੰਜਾਬ ਦੇ ਵਿੱਚ ਕੋਈ ਕਾਰਖਾਨਾ ਲੱਗਦਾ ਜਦੋਂ ਕੋਈ ਫੈਕਟਰੀ ਲੱਗਦੀ ਹੈ ਤਾਂ ਉਹਦੇ ਵਿੱਚ ਬਾਹਰਲੇ ਨਿਆਣੇ ਆ ਕੇ ਕੰਮ ਕਰ ਕਿਉਂ ਲੱਭ ਲੈਣ ਦੇਖਿਆ ਕਿਉਂਕਿ ਉਹ ਸਕਿੱਲਡ ਨਹੀਂ ਉਹਨਾਂ ਨੂੰ ਮਾਰਤ ਹੁੰਦੀ ਹੈ ਉਸ ਤਰੀਕੇ ਦੀ ਜ਼ਮੀਨੀ ਪੱਧਰ ਦੀ ਪੜਾਈ ਕਰਕੇ ਤੇ ਸਾਡੇ ਕੰਮ ਔਖਾ ਹੋ ਜਾਂਦਾ ਦੇਖੋ ਇਹ ਤਾਂ ਹੁਣ ਮੇਰਾ ਖਿਆਲ ਸਰਕਾਰਾਂ ਦੇਖ ਸਕਦੀਆਂ ਜੀ ਕਿ ਉਹਨਾਂ ਨੂੰ ਜਿੱਥੇ ਜੇ ਕਿਤੇ ਤੇ ਜੇ ਕੋਈ ਬਦਲ ਕੱਢਣਾ ਤੇ ਉਹ ਬਦਲ ਵਾਕਈ ਅਸਲ ਚ ਬਦਲਿਆ ਜਾਂ ਫਿਰ ਇਸ ਕਰਕੇ ਆ ਵੀ ਫਿਲਹਾਲ ਆਪਾਂ ਹਾਲ ਦੀ ਕੋਈ ਨਾ ਕੋਈ ਡੰਗ ਟਪਾ ਲਈਏ ਦੂਜੇ ਪਾਸੇ ਆਪਾਂ ਅਗਲੀ ਗੱਲ ਕਰੀਏ ਵਟਸਐਪ ਤੇ ਉਹ ਹੈ ਕਿ ਜਥੇਦਾਰ ਸਹਿਬਾਨਾਂ ਦੀ ਇਕਤਰਤਾ ਹੋਣੀ ਆ ਜਥੇਦਾਰ ਸਹਿਬਾਨਾਂ ਦੇ ਕੋਲ ਜਿਹੜੇ ਮਸਲੇ ਪੁੱਜੇ ਨੇ ਉਹਨਾਂ ਮਸਲਿਆਂ ਦਾ ਉਹਨਾਂ ਨੇ ਇੱਕ ਕੋਈ ਨਾ ਕੋਈ ਨਤੀਜਾ ਕੱਢਣਾ ਜਾਂ ਕੋਈ ਕੋ ਕੋ ਫੈਸਲਾ ਲੈਣਾ ਤਾਂ ਜੋ ਦੁਨੀਆ ਭਾਰ ਚ ਵਸਦੀ ਜਿਹੜੀ ਸਿੱਖ ਸੰਗਤ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਧਿਆਨ ਇਸ ਪਾਸੇ ਲੱਗਾ ਹਾਂਜੀ ਇਹ ਜਿਹੜੇ ਮਸਲੇ ਨੇ ਚਿਰ ਤੋਂ ਚੱਲਦੇ ਆ ਰਹੇ ਨੇ ਜੀ ਇਹਦੇ ਵਿੱਚ ਕਿਸ ਬੰਦੇ ਨੂੰ ਕਿੰਨੀਕ ਸਜ਼ਾ ਦਿੱਤੀ ਜਾਂਦੀ ਜਾਂ ਕੀ ਬਣਦਾ ਉਹਦੇ ਨਾਲ ਸੰਬੰਧਿਤ ਜਿਹੜੀ ਇੱਕ ਕਹਿ ਲੋ ਕਿ ਵੀ ਕੁਝ ਸਿਆਣੇ ਸਿਰਾਂ ਨੂੰ ਸਦਕੇ ਤੇ ਇੱਕ ਇਕੱਤਰਤਾ ਕਰਨੀ ਜਾਂ ਮੀਟਿੰਗ ਕਹਿ ਲੋ ਕਰਨੀ ਆ ਉਹਦੇ ਤੇ ਬੜੀ ਤਰ੍ਹਾਂ ਦੀ ਚਰਚਾ ਚੱਲ ਪਈ ਖਾਸ ਕਰਕੇ ਮੇਰੇ ਖਿਆਲ ਦਿੱਲੀ ਵਾਲੇ ਸਰਨਾ ਸਾਹਿਬ ਦੇ ਛੋਟੇ ਭਰਾ ਹਰਵਿੰਦਰ ਸਿੰਘ ਸਰਨਾ ਹੋਰੇ ਉਹਨਾਂ ਦੀ ਜਿਹੜੀ ਵੀਡੀਓ ਸੀ ਜਿਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਇਹ ਜੇ ਮੰਨ ਲਓ ਕਤਰਤਾ ਸਦਕੇ ਜਾਂ ਬਾਕੀਆਂ ਕੋਲੋਂ ਸਲਾਹ ਲੈ ਕੇ ਜਹੇਦਾਰ ਸਾਹਿਬ ਨੇ ਫੈਸਲਾ ਕਰਨਾ ਤੇ ਫਿਰ ਇੰਨੇ ਕਮਜ਼ੋਰ ਕਿਉਂ ਨੇ ਜਹੇਦਾਰ ਸਾਹਿਬ ਫਿਰ ਉਹ ਪਹਿਲੇ ਦੱਸ ਦਿੰਦੇ ਵੀ ਯਾਰ ਸਾਡੇ ਕੋਲੋਂ ਫੈਸਲਾ ਨਹੀਂ ਹੋਣਾ ਜਾਂ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਤਾਂ ਇਹ ਅਕਾਲ ਤਖਤ ਸਾਹਿਬ ਤੇ ਯੂਨੀਅਨ ਯੂਨੀਅਨ ਵਿੱਚ ਖੇਡਣ ਲੱਗ ਪਏ ਕਿ ਵੀ ਇੱਕ ਜਹੇਦਾਰ ਸਾਹਿਬ ਕਹਿੰਦੇ ਮੈਂ ਉਹਦਾ ਛੱਡਣਾ ਵੀ ਬਾਕੀ ਵੀ ਕਹਿੰਦੇ ਨੇ ਕਿ ਵੀ ਅਹੀਂ ਵੀ ਛੱਡ ਦੇਾਂਗੇ ਫਿਰ ਇਹ ਇਸ ਮੌਕੇ ਤੇ ਜਦੋਂ ਫੈਸਲਾ ਆਉਣਾ ਜਦੋਂ ਜਹੇਦਾਰ ਸਾਹਿਬਾਨਾ ਵੱਲੋਂ ਬਾਕੀ ਸਾਰੇ ਲੋਕਾਂ ਨੂੰ ਜਾਂ ਕਹੇ ਲੋਕੀ ਸਿਆਣੇ ਸਿਰਾਂ ਨੂੰ ਨਾਲ ਸਦਕੇ ਤੇ ਉਹਨਾਂ ਕੋਲੋਂ ਵੀ رائے ਲਈ ਜਾਣੀ ਹੈ ਕਿ ਵੀ ਹਾਂਜੀ ਤੁਸੀਂ ਕੀ ਕਹਿੰਦੇ ਹੋ ਜੀ ਆਪਾਂ ਇਹਦੇ ਤੇ ਕੀ ਸੋਚ ਸਕਦੇ ਹਾਂ ਤੁਹਾਡਾ ਕੀ ਪੱਕਾ ਹਾਲਾਂਕਿ ਕਿਆ ਤਾਂ ਮੰਨਿਆ ਤਾਂ ਇਹੀ ਜਾ ਰਿਹਾ ਕਿ ਜੋ ਫਾਈਨਲ ਫੈਸਲਾ ਫਾਈਨਲ ਡਿਸੀਜਨ ਆ ਉਹ ਪੰਨ ਸਿੰਘ ਸਹਿਬਾਨਾ ਨੇ ਆਪ ਹੀ ਲੈਣਾ ਜਸਟ ਇੱਕ ਸਲਾਹ ਦੇ ਤੌਰ ਤੇ ਜਿੱਦਾਂ ਬੰਦਿਆਂ ਨੂੰ ਸੱਦਿਆ ਜਾਣਾ ਉਹਦੇ ਤੇ ਜਿੱਦਾਂ ਉਜਰ ਇਤਰਾਜ਼ ਹੁਣ ਹੋਣ ਲੱਗ ਪਿਆ ਉਹਨੂੰ ਲੈ ਕੇ ਬੜੀ ਤਰ੍ਹਾਂ ਦੀਆਂ ਚਰਚਾਵਾਂ ਨੇ ਦੇਖੋ ਸੰਧਾਲੀਆ ਸਾਹਿ ਪਹਿਲੀ ਗੱਲ ਹੈ ਕਿ ਚਾਹੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹੀਆ ਕਰਾਰ ਦੇਣ ਦਾ ਮਸਲਾ ਹੋਵੇ ਜਾਂ ਦਰਜਣਾ ਹੋਰ ਮਸਲੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਨੇ ਉਹਨਾਂ ਦੇ ਉੱਤੇ ਫੈਸਲੇ ਤਾਂ ਹੋਣੇ ਚਾਹੀਦੇ ਆ ਤੇ ਵੇਲੇ ਸਿਰ ਹੋਣੇ ਚਾਹੀਦੇ ਆ ਮੈਂ ਇਹ ਨਹੀਂ ਕਹਿਣਾ ਕਿ ਜਲਦ ਹੋਣੇ ਚਾਹੀਦੇ ਆ ਕਈ ਫੈਸਲੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਬਹੁਤ ਲੰਬੀ ਚੌੜੀ ਵਿਚਾਰ ਚਰਚਾ ਦੀ ਲੋੜ ਹੁੰਦੀ ਆ ਤੇ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਭਾਵ ਪਾਉਣਾ ਉੱਥੇ ਜੇ ਸਮਾਂ ਲੱਗਦਾ ਤਾਂ ਲਾ ਲੈਣਾ ਚਾਹੀਦਾ ਕਈ ਫੈਸਲੇ ਫੌਰੀ ਤੌਰ ਤੇ ਹੋ ਸਕਣ ਵਾਲੇ ਹੁੰਦੇ ਆ ਉੱਥੇ ਦੇਰੀ ਨਹੀਂ ਚਾਹੀਦੀ ਜਿੰਨੀ ਵੀ ਗੱਲਬਾਤ ਆਪਾਂ ਕਰਨੀ ਹੈ ਉਸ ਗੱਲਬਾਤ ਤੋਂ ਪਹਿਲਾਂ ਇਹ ਕਹਿਣਾ ਬੜਾ ਜ਼ਰੂਰੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਤਾ ਨਾ ਤਾਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਪੰਜ ਸਿੰਘ ਸਹਿਬਾਨਾਂ ਨੂੰ ਬਿਨਾਂ ਮੰਗੇ ਸਲਾਹ ਦੇ ਸਕਦਾ ਨਾ ਕਿੰਤੂ ਪਰੰਤੂ ਕਰ ਸਕਦਾ ਇਹ ਬੜੀ ਕਲੀਅਰ ਗੱਲ ਹੈ ਇਹ ਤਾਂ ਜਿਹੜੀਆਂ ਸਥਿਤੀਆਂ ਪੈਦਾ ਹੋਈਆਂ ਉਧਰ ਚੱਲਦੇ ਆ ਅਸੀਂ ਪਿਛਲੇ ਸਮੇਂ ਦੇ ਵਿੱਚ ਵਾਰ-ਵਾਰ ਕਹਿੰਦੇ ਰਹੇ ਹਾਂ ਕਿ ਸੰਗਤ ਦਾ ਯਕੀਨ ਤੇ ਵਿਸ਼ਵਾਸ ਫੈਸਲਾ ਭਾਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ ਸਬੰਧਤ ਹੋਵੇ ਭਾਵੇਂ ਕਿਸੇ ਹੋਰ ਕੇਸ ਦੇ ਨਾਲ ਸੰਗਤ ਦਾ ਸਿੰਘ ਸਹਿਬਾਨਾਂ ਦੇ ਉੱਤੇ ਯਕੀਨ ਤੇ ਵਿਸ਼ਵਾਸ ਕਾਇਮ ਰਹਿਣਾ ਸਭ ਤੋਂ ਵੱਡਾ ਮਸਲਾ ਹੈ ਸਭ ਤੋਂ ਵੱਡਾ ਜਿਹੜਾ ਫੈਸਲਾ ਹੋਵੇ ਸੰਗਤ ਨੂੰ ਬਿਲਕੁਲ ਵੀ ਨਹੀਂ ਲੱਗਣਾ ਚਾਹੀਦਾ ਅਪਰਵਾਨ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫੈਸਲੇ ਪਿਛਲੇ ਸਮੇਂ ਦੇ ਵਿੱਚ ਜੱਥੇਦਾਰਾਂ ਨੂੰ ਬਦਲਨੇ ਪਏ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰੀਕੇ ਦੀਆਂ ਚਰਚਾਵਾਂ ਨੇ ਹੁਣ ਸਿੰਘ ਸਹਿਬਾਨ ਨੇ ਕਿਉਂਕਿ ਮੰਗ ਉੱਠੀ ਸੀ ਕਿ ਫੈਸਲਾ ਕੋਈ ਵੀ ਕਰਨ ਤੋਂ ਪਹਿਲਾਂ ਜੇ ਤੁਸੀਂ ਵਿਦਵਾਨ ਜਿਹੜੇ ਸੱਜਣ ਨੇ ਉਹਨਾਂ ਨੂੰ ਸੱਦ ਲਓ ਸ਼ਕਸ਼ੀਤਾ ਨੂੰ ਸੱਦ ਲਓ ਵਿਚਾਰ ਚਰਚਾ ਕਰ ਲਓ ਫੈਸਲਾ ਤੁਸੀਂ ਕਰਿਓ ਮੰਗ ਉੱਠੀ ਸ਼੍ਰੀ ਅਕਾਲ ਤਖਸਾਲ ਤੋਂ ਚਿੱਠੀਆਂ ਗਈਆਂ ਕੁਝ ਚੋਣਵੇਂ ਸੱਜਣ ਜਿਹੜੇ ਸੱਦ ਲੈ ਗਏ ਸ਼ਕਤੀਤਾ ਹੋ ਸਕਦਾ ਹੈ ਕਿ ਉਹ ਇੱਕ ਦੋ ਹੋਰ ਫੇजेस ਦੇ ਵਿੱਚ ਹੋਰ ਸ਼ਕਤੀਤਾ ਨੂੰ ਵੀ ਸੱਦਣ ਅਜੰਡਾ ਕੋਈ ਨਹੀਂ ਦੱਸਿਆ ਚਿੱਠੀ ਦੇ ਵਿੱਚ ਕੋਈ ਅਜੰਡਾ ਨਹੀਂ ਹੈ ਤੁਸੀਂ ਚਿੱਠੀ ਵੇਖੀ ਹੋਣੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਚਿੱਠੀ ਜੜੀ ਹੈ ਉਹ ਗਈ ਹੈ ਉਹਦੇ ਵਿੱਚ ਬਿਲਕੁਲ ਨਹੀਂ ਲਿਖਿਆ ਗਿਆ ਕਿ ਕਿਹੜੇ ਮੁੱਦੇ ਦੇ ਉੱਤੇ ਉਹਨਾਂ ਤੋਂ ਸਲਾਹ ਕੀਤੀ ਜਾਣੀ ਹੈ ਹੁਣ ਸਰਨਾ ਭਰਾਵਾਂ ਦੀ ਦਿੱਲੀ ਦੇ ਵਿੱਚ ਸਲਤਨਤ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਨਾਂ ਦਾ ਬਹੁਤ ਲੰਬਾ ਸਮਾਂ ਜਿਹੜਾ ਉਹ ਗਲਬਾ ਰਿਹਾ ਅੱਜ ਕੱਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਨਹੀਂ ਪਰ ਲੰਬਾ ਸਮਾਂ ਉਹ ਅਕਾਲੀ ਦਲ ਦੇ ਨਾਲ ਨਹੀਂ ਸੀ ਤੇ ਰੱਜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਦਖੋਈ ਕਰਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਆਪਣਾ ਮਸਲਾ ਹੁਣ ਇੱਜੜ ਸ਼ਬਦ ਦੀ ਵਰਤੋਂ ਹੋਈ ਹੈ ਮੈਨੂੰ ਨਹੀਂ ਪਤਾ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਨਾ ਬਹੁਤੇ ਸਜਣਾ ਨੂੰ ਮਿਲਿਆ ਸ਼ਕਸ਼ੀਤਾ ਨੂੰ ਨੇਨੂ ਸ਼੍ਰੀ ਅਕਾਲਤਖ ਸਾਹਿਬ ਦੇ ਉੱਤੇ ਅੱਜ 11 ਵਜੇ ਸੱਦਿਆ ਗਿਆ ਕਿ ਤੁਸੀਂ ਆਓ ਸਲਾਹ ਕਰਨੀ ਹੈ ਸੁਝਾਅ ਦਿਓ ਜੇ ਦੇ ਸਕਦੇ ਹੋ ਉਹਨਾਂ ਦੇ ਲਈ ਇੱਜੜ ਸ਼ਬਦ ਦੀ ਵਰਤੋਂ ਕਰਨਾ ਬੜੀ ਅਜੀਬੋ ਗਰੀਬ ਗੱਲ ਹੈ ਫਿਰ ਵਿਰਸਾ ਸਿੰਘ ਬਲਟੋਆ ਸਾਹਿਬ ਉਹ ਸਿੱਖ ਨੇ ਉਹਨਾਂ ਨੂੰ ਪੰਥਾ ਦੇ ਵਿੱਚੋਂ ਪਰੇ ਨਹੀਂ ਕੀਤਾ ਮੈਂ ਇਹ ਕਲੀਅਰ ਕਰਦੇ ਆਂ ਉਹਨਾਂ ਨੂੰ ਸਜ਼ਾ ਸਿਰਫ ਇੰਨੀ ਲਾਈ ਗਈ ਸੀ ਕਿ ਅਕਾਲੀ ਦਲ ਦੇ ਵਿੱਚੋਂ 10 ਸਾਲ ਹੀ ਕੱਢ ਦਿਓ ਹੁਣ ਵਿਰਸਾ ਸਿੰਘ ਬਲਟੋਆ ਹੋਰਾਂ ਨੇ ਨਵਾਂ ਸਵਾਲ ਖੜਾ ਕਰ ਦਿੱਤਾ ਉਹ ਕਹਿੰਦੇ ਕਿਉਂਕਿ ਦੋਵਾਂ ਵੈਸੇ ਤਾਂ ਸਰਨਾ ਸਾਹਿਬ ਨੇ ਵੀ ਹਰਵਿੰਦਰ ਸਿੰਘ ਸਰਨਾ ਉਹ ਰਣੀ ਵੀ ਇਹ ਗੱਲ ਕੀਤੀ ਹੈ ਕਿ ਭਾਈ ਕੀ ਜਥੇਦਾਰਾਂ ਦੇ ਆਪਣੇ ਵਿਵੇਕ ਦੇ ਨਾਲ ਉਹ ਫੈਸਲਾ ਨਹੀਂ ਕਰ ਸਕਦੇ ਉਹਨਾਂ ਨੇ ਤੇ ਇੱਥੋਂ ਤੱਕ ਵੀ ਕਹਿਤਾ ਕਿ ਜੇ ਤੁਸੀਂ ਫੈਸਲਾ ਨਹੀਂ ਕਰ ਸਕਦੇ ਤਾਂ ਇੱਡੀ ਏਡੀ ਵੱਡੀ ਪਦਵੀ ਦੇ ਉੱਤੇ ਤੁਸੀਂ ਬੈਠੇ ਕਿਉਂ ਹੁਣ ਵਿਰਸਾ ਸਿੰਘ ਬਲਟੋਆ ਸਾਹਿਬ ਨੇ ਤੇ ਇੱਥੋਂ ਤੱਕ ਕਹਿਤਾ ਕਿ ਜਿਹੜੇ ਸੱਜਣ ਸੱਦੇ ਨੇ ਉਹਨਾਂ ਦੇ ਵਿੱਚੋਂ ਕੁਝ ਇੱਕ ਰਾਤ ਨੂੰ ਮਹਿਫਲ ਸਜਾਉਂਦੇ ਆ ਉਹਨਾਂ ਨੇ ਤਾਂ ਮੁਰਗ ਮੁਸੱਲਮ ਤੱਕ ਵੀ ਗੱਲ ਕੀਤੀ ਪਿਆਲੇ ਤੱਕ ਦੀ ਵੀ ਗੱਲ ਕਰ ਦਿੱਤੀ ਹੁਣ ਸਾਨੂੰ ਨਹੀਂ ਪਤਾ ਕਿ ਇਹਨਾਂ ਦੇ ਬਾਬਤ ਉਹਨਾਂ ਨੇ ਕਿਹਾ ਜਾਂ ਕਿ ਇਹਨਾਂ ਦੇ ਬਾਬਤ ਨਹੀਂ ਕਿ ਆ ਪਰ ਜੇਸ ਤਰੀਕੇ ਤੱਕ ਇਹ ਗੱਲਾਂ ਚੱਲੇ ਗਈਆਂ ਜੇ ਸਥਾਨ ਤੱਕ ਇਹ ਗੱਲਾਂ ਚੱਲੇ ਗਈਆਂ ਬੜੀਆਂ ਅਜੀਬੋ ਗਰੀਬ ਨੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਥੇਦਰਾਂ ਦੀ ਨਿਯੁਕਤੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੀ ਜਿੱਤਦੇ ਆ ਰਹੇ ਐ ਤੇ ਸਰਨਾ ਸਾਹਿਬ ਤਾਂ ਅੱਜ ਵੀ ਅਕਾਲੀ ਦਲ ਦੇ ਵਿੱਚ ਨੇ ਤੇ ਬਲਟੋਆ ਸਾਹਿਬ ਥੋੜੇ ਦਿਨ ਪਹਿਲਾਂ ਤੱਕ ਅਕਾਲੀ ਦਲ ਦੇ ਵਿੱਚ ਸੀ ਪਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਮੈਨੂੰ ਨਹੀਂ ਪਤਾ ਸੱਚਾ ਕੌਣ ਹੈ ਤੇ ਗਲਤ ਕੌਣ ਹੈ ਪਰ ਇਹਨਾਂ ਜ਼ਰੂਰ ਹੈ ਕਿ ਆਮ ਸੰਗਤ ਦੇ ਉੱਤੇ ਜਿਹੜਾ ਇਹਦਾ ਪ੍ਰਭਾਵ ਪੈ ਰਿਹਾ ਉਹ ਬਹੁਤ ਹੈਰਾਨੀਜਨਕ ਤਨਾ ਪਖੀ ਹੈ ਦੇਖੋ ਇੱਕ ਗੱਲ ਤੇ ਹੈਗੀ ਆ ਕਿ ਜਦੋਂ ਆਪਾਂ ਇਹ ਸਾਰੇ ਕੁਸ਼ ਨੂੰ ਦੇਖਦੇ ਆ ਇਸ ਤੋਂ ਪਹਿਲਾਂ ਵੀ ਜਦੋਂ ਮੇਰਾ ਖਿਆਲ ਕੋਈ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪਹੁੰਚਦਾ ਸੀ ਤੇ ਇਕਾ ਦੋਕਾ ਕਿਸੇ ਨਾ ਕਿਸੇ ਪਾਸਿਓਂ ਉਹ ਇਹਨਾਂ ਕੋਈ ਇਤਰਾਜ਼ ਹੁੰਦੇ ਸੀ ਪਰ ਮੋਸਟਲੀ ਉਹ ਇਤਰਾਜ਼ ਜਾਂ ਤਾਂ ਫੈਸਲੇ ਆਉਣ ਤੋਂ ਬਾਅਦ ਹੁੰਦੇ ਸੀ ਜਾਂ ਫਿਰ ਮਤਲਬ ਜਦੋਂ ਕਿਤੇ ਕੋਈ ਇਕਤਰਤਾ ਹੁੰਦੀ ਸੀ ਜਾਂ ਵਾਰ-ਵਾਰ ਲੱਗਦਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਉਦੋਂ ਪਰ ਇੱਥੇ ਵੀ ਜੇ ਆਪਾਂ ਦੇਖੀਏ ਤਾਂ ਸਿਰਫ਼ ਜੇ ਆਪਾਂ ਦੋ ਨਾਮਾਂ ਦੀ ਗੱਲ ਕਰਦੇ ਆਂ ਦੋ ਨਾਵਾਂ ਦੇ ਵਿੱਚ ਇੱਕ ਸਰਨਾ ਸਾਹਿਬ ਹੋਗੇ ਦੂਸਰੇ ਪਾਸੇ ਬਲਟਵਾ ਸਾਹਿਬ ਹੋਗੇ ਉਹਨਾਂ ਤੋਂ ਬਿਨਾਂ ਜੇ ਆਪਾਂ ਕੀਪੀ ਉਹਨਾਂ ਨੇ ਅਕਾਲੀ ਦਲ ਦੀ ਤਰਫੋਂ ਕੁਝ ਕਿਹਾ ਜਾਂ ਕਿਸੇ ਹੋਰ ਜਥੇਬੰਦੀ ਨੇ ਕਿਹਾ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਹਾ ਕਿ ਵੀ ਹਾਂ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਬੰਦਿਆਂ ਨੂੰ ਨਹੀਂ ਸੱਦਾ ਜਾਣਾ ਚਾਹੀਦਾ ਜੀ ਤੁਸੀਂ ਕਦ ਲਈ ਹੋਰਨਾਂ ਦੀ ਸਲਾਹ ਲੈਨੇ ਹੋ ਉਹ ਚੀਜ਼ ਨਹੀਂ ਹੈ ਇੱਥੇ ਆਪਕੋ ਮੈਂ ਵੀ ਗੱਲ ਕਲੀਅਰ ਕਰ ਦੀ ਕਿ ਇਸ ਤੋਂ ਪਹਿਲਾਂ ਚਿੱਠੀਆਂ ਦੇ ਰੂਪ ਦੇ ਵਿੱਚ ਜਹੇਦਰ ਸਾਹਿਬਾਨ ਨੂੰ ਬਾਕੀ ਸਾਰਿਆਂ ਦੀ ਸਲਾਹ ਲੈਣ ਦੇ ਲਈ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਹਾ ਸੀ ਪਰ ਜਿਹੜਾ ਉਜਰਤਰਾਜ਼ ਆ ਉਹ ਸਿਰਫ ਦੋ ਵਿਅਕਤੀਆਂ ਵੱਲੋਂ ਆਇਆ ਹੈ ਫਿਲਹਾਲ ਹੁਣ ਇਹ ਮੇਰਾ ਖਿਆਲ ਜ਼ਰੂਰ ਸਿੱਖ ਸੰਗਤ ਨਖੇੜਾ ਕਰ ਸਕਦੀ ਹੈ ਕਿ ਹਾਂ ਜੀ ਕਿਸ ਪਾਸਿਓਂ ਇਤਰਾਜ਼ ਆ ਤੇ ਕਿਸ ਪਾਸਿਓਂ ਮੰਗਤੀ ਹਾਂ ਉਹ ਗੱਲ ਤੁਹਾਡੀ ਠੀਕ ਹੈ WhatsApp ਕਿ ਜਦੋਂ ਅਜੇ ਤੱਕ ਕੁਝ ਕਲੈ ਕਿ ਸੱਦਿਆ ਕਿਉਂ ਗਿਆ ਮਸਲਾ ਕੀ ਹੋਣਾ ਹੈ ਉਹਦੇ ਚ ਰਾਇ ਕੀ ਮੰਗੀ ਜਾਣੀ ਆ ਉਸ ਰਾਇ ਨੂੰ ਕਿੰਨੀ ਕੁ ਅਹਿਮੀਅਤ ਦੇਣੀ ਹੈ ਜਹੇਦਾਰ ਸਾਹਿਬਾਨ ਵੱਲੋਂ ਆਪਣਾ ਉਹ ਫੈਸਲਾ ਡਿਸੀਜਨ ਲੈਣ ਦੇ ਲਈ ਇਹ ਸਾਰਾ ਕੁਝ ਜਦੋਂ ਹੋਊਗਾ ਉਸ ਤੋਂ ਬਾਅਦ ਮੇਰਾ ਖਿਆਲ ਫੈਸਲਾ ਲਿਆ ਜਾ ਸਕਦਾ ਪਰ ਇਹਦੇ ਚ ਹੁਣ ਜਿੱਦਾਂ ਆਪਾਂ ਵਿਅਕਤੀਆਂ ਦੀ ਗੱਲ ਕਰਦੇ ਸੀ ਹੁਣ ਇੱਕ ਵਿਅਕਤੀ ਦੇ ਤੌਰ ਤੇ ਸਰਨਾ ਸਾਹਿਬ ਨੇ ਇਤਰਾਜ਼ ਕਰਤਾ ਜਾਂ ਕਹਿ ਲੋ ਬਲਟੋਆ ਸਾਹਿਬ ਨੇ ਕਰਤਾ ਦੂਜੀ ਪਾਸੇ ਇੱਕ ਵਿਅਕਤੀ ਦੇ ਤੌਰ ਤੇ ਆਪਾਂ ਕਹਿ ਲਈਏ ਕਿ ਵੀ ਵਿਬੇਜ ਗੀਰਕੌਰ ਉਹਨਾਂ ਦਾ ਬਿਆਨ ਵੀ ਹੈ ਉਹ ਇਸ ਚੀਜ਼ ਦੇ ਹੱਕਚਾ ਹੈ ਉਹ ਕਹਿੰਦੇ ਦੇਖੋ ਜੇ ਜਦੋਂ ਵੱਡੇ ਮਸਲੇ ਹੋਣ ਜਦੋਂ ਉਹ ਮਸਲੇ ਹੋਣ ਜਿਹੜੇ ਜਿਹਦੇ ਤੇ ਪੰਥ ਬੜੀ ਚੇਰ ਤੋਂ ਉਡੀਕ ਰਿਹਾ ਹੋਵੇ ਕਿ ਵੀ ਹਾਂਜੀ ਇਹ ਇੱਕ ਕੋਈ ਵੱਡਾ ਮਸਲਾ ਹੈ ਸਾਰੇ ਕੁਛ ਦਾ ਕੋਈ ਨਾ ਕੋਈ ਨਵੇੜਾ ਹੋਣਾ ਚਾਹੀਦਾ ਤੇ ਉਹਨੂੰ ਜੇ ਬਾਕੀ ਸਾਰੇ ਲੋਕਾਂ ਦੇ ਨਾਲ ਜਾਂ ਕਹ ਲਓ ਕਿ ਪੰਥਕ ਲੋਕਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਵਿਚਾਰਨ ਤੋਂ ਬਾਅਦ ਫੈਸਲਾ ਉਹਨਾਂ ਨੇ ਵੀ ਕਿਹਾ ਕਿ ਹਾਲਾਂਕਿ ਜਿਹਦਰ ਸਾਹਿਬ ਨੇ ਆਪ ਹੀ ਲੈਣਾ ਪਰ ਜੇ ਮੰਨ ਲਓ ਇੱਕ ਸਲਾਹ ਲੈ ਲਈ ਜਾਵੇ ਥੋੜਾ ਜਿਹਾ ਜਾਣ ਲਿਆ ਜਾਵੇ ਵੱਖ-ਵੱਖ ਪੱਖਾਂ ਨੂੰ ਤੇ ਉਹਦੇ 'ਚ ਹਰਜ ਵੀ ਕੀ ਹੈ ਉਨ ਬੀਬੀ ਜ਼ਗੀਰ ਕੌਰ ਹੋਰਾਂ ਨੂੰ ਇਹ ਚੀਜ਼ ਠੀਕ ਲੱਗਦੀ ਆ ਸਰਨਾ ਸਾਹਿਬ ਨੂੰ ਜਾਂ ਕਹਿ ਲਓ ਕਿ ਬਲਟੋਆ ਸਾਹਿਬ ਨੂੰ ਇਸ ਚੀਜ਼ ਦੇ ਉੱਪਰ ਇਜਰਤਰਾਜ਼ ਲੱਗਾ ਪਰ ਮੈਨੂੰ ਲੱਗਦਾ ਵੀ ਜਦੋਂ ਫੈਸਲਾ ਆਊਗਾ ਉਹਦੇ ਤੋਂ ਬਾਅਦ ਹੋ ਸਕਦਾ ਹੈ ਕਿ ਸਿੱਖ ਸੰਗਤ ਜਿਹੜੀ ਹੈ ਉਹ ਵਿਚਾਰੇ ਕਿ ਵੀ ਕੀ ਫੈਸਲਾ ਠੀਕ ਆਇਆ ਜਾਂ ਗਲਤ ਆਇਆ ਦੇਖੋ ਸੰਧਾਲੀਆ ਸਾਹਿਬ ਠੀਕ ਗਲਤ ਦਾ ਨਵੇੜਾ ਤੋਂ ਉਦੋਂ ਹੋਊਗਾ ਜਦੋਂ ਫੈਸਲਾ ਹੋਊਗਾ ਪਰ ਤੁਸੀਂ ਕਿਹਾ ਕਿ ਦੋ ਵਿਅਕਤੀਆਂ ਨੇ ਇਤਰਾਜ਼ ਕੀਤਾ ਕਿਸੇ ਧਿਰ ਨੇ ਨਹੀਂ ਕੀਤਾ ਠੀਕ ਹੈ ਕਿੱਥੇ ਤਾਂ ਇੱਕ ਪਾਸੇ ਇਹ ਚਰਚਾ ਚੱਲਦੀ ਸੀ ਕਿ ਜਿਹੜੀਆਂ ਸ਼ਖਸੀਤਾਂ ਸੱਦੀਆਂ ਗਈਆਂ ਵਿਦਵਾਨ ਸੱਦੇ ਗਏ ਆ ਸੁਝਾਉਣ ਲੈਣ ਦੇ ਲਈ ਕਿ ਉਹਦੇ ਤੋਂ ਬਾਅਦ ਫਿਰ ਫੈਸਲਾ ਕਰਨਾ ਜ਼ਥੇਦਾਰਾਂ ਨੇ ਹੁਣ ਪ੍ਰਸ਼ਨ ਚਿੰਨ ਲਾਤਾ ਕਿਉਂਕਿ ਜਿਹੜੀ ਗੱਲ ਸਰਨਾ ਸਾਹਿਬ ਨੇ ਕਹੀ ਆ ਕਿ ਕੀ ਸਿੰਘ ਸਾਹਿਬ ਆਪਣੇ ਵਿਵੇਕ ਦੇ ਨਾਲ ਫੈਸਲਾ ਨਹੀਂ ਲੈ ਸਕਦੇ ਇਹਦਾ ਮਤਲਬ ਹੈ ਕਿ ਕਿਸੇ ਨਾਲ ਸਲਾਹ ਕਰਨੀ ਹੋਈ ਨਹੀਂ ਇਹਦਾ ਮਤਲਬ ਹੈ ਕਿ ਸਿੰਘ ਸਹਿਬਾਨ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਾਰਮਿਕ ਸਲਾਹਕਾਰ ਬੋਰਡ ਬਣਾ ਰਹੀ ਹੈ ਇੱਕ ਉਸਲਾਹਕਰ ਬੋਰਡ ਵੀ ਤੇ ਜਹਦਰ ਉਹਦੇ ਵਿੱਚ ਵੀ ਤਾਂ ਅਮੀ ਸਾਹਿਬ ਨੇ ਕਿਹਾ ਸੀ ਕਿ ਫੈਸਲਾ ਜਥੇਦਰ ਸਹਿਬਾਨ ਦਾ ਸਿੰਘ ਸਹਿਬਾਨ ਦਾ ਇਸਲਾਹਕਰ ਬੋਰਡ ਪਹਿਲਾਂ ਵੀ ਹੈਗਾ ਤੇ ਉਹਨੂੰ ਇਨਹਾਂਸ ਕਰ ਰਿਆ ਨੂੰ ਵਧਾ ਰਹੇ ਆ ਉਹਦੀ ਗਿਣਤੀ ਦੇ ਵਿੱਚ ਵਾਧਾ ਕਰ ਰਹੇ ਆ ਹੁਣ ਉਹ ਵੀ ਤਾਂ ਬੋਰਡ ਹੈਗਾ ਉਹਦੇ ਵਿੱਚ ਵੀ ਤਾਂ ਸਲਾਹ ਹੀ ਲੈਣੀ ਹੋਣੀ ਉਹਦੇ ਵਿੱਚ ਵੀ ਤਾਂ ਮੁੱਦੇ ਉਧਰਲੇ ਪਾਸੇ ਹੀ ਭੇਜੇ ਜਾਂਦੇ ਆ ਤੇ ਆਪਾਂ ਸਿੱਧੇ ਤੌਰ ਦੇ ਉੱਤੇ ਇਤਰਾਜ਼ ਕਰ ਦਿੱਤਾ ਮੈਨੂੰ ਲੱਗਦਾ ਕਿ ਹੁਣ ਇੱਕ ਲਕੀਰ ਜਿਹੜੀ ਆ ਉਹ ਸੰਧਾ ਵਾਲੀ ਆ ਸਭ ਖਿੱਚ ਕੇ ਹੀ ਤੁਰਨਾ ਪੈਣਾ ਜੇ ਸਖਤ ਫੈਸਲੇ ਅਸੀਂ ਨਹੀਂ ਕਹਿੰਨੇ ਕਿ ਕਿਸੇ ਦੇ ਖਿਲਾਫ ਸਖਤ ਫੈਸਲਾ ਲਾਓ ਪਰ ਐਸੇ ਫੈਸਲੇ ਹੋਣੇ ਚਾਹੀਦੇ ਆ ਜਿਹੜੇ ਸੰਗਤ ਨੂੰ ਪ੍ਰਵਾਨ ਹੋਣ ਤੇ ਭਵਿੱਖ ਦੇ ਵਿੱਚ ਬੇ ਲੋੜੀ ਕਿੰਤੂ ਪ੍ਰੰਤੂ ਕਦੇ ਨਾ ਉਹ ਵੀ ਜੇ ਲੋੜ ਪੈਂਦੀ ਆ ਤਾਂ ਕਿੰਤੂ ਪ੍ਰੰਤੂ ਕਰਨਾ ਸਭ ਦਾ ਹੱਕ ਹੈ ਬਿਲਕੁਲ ਸਹੀ ਗੱਲ ਆ ਬਾਕੀ ਦੇਖੋ ਆਸ ਕਰਦੇ ਆਂ ਵੀ ਇਹ ਜੋ ਵੀ ਮਸਲਾ ਹੈ ਇਹਨੂੰ ਜ਼ਰੂਰ ਇਸ ਢੰਗ ਤਰੀਕੇ ਨਾਲ ਵਿਚਾਰਿਆ ਜਾਵੇ ਕਿ ਜਦੋਂ ਆਪਾਂ ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਸੰਗਤ ਦੀ ਗੱਲ ਕਰਦੇ ਆਂ ਜਾਂ ਸਿੱਖਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਦੇ ਆਲਰੇਡੀ ਬਹੁਤ ਸਾਰੇ ਮਸਲੇ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਆਲਰੇਡੀ ਫੇਸ ਕਰਦੇ ਪਏ ਆ ਐਂਡ ਉੱਥੇ ਵੀ ਜੇ ਮੰਨ ਲਓ ਜਿੱਥੋਂ ਇੱਕ ਮੰਨ ਲਓ ਕਿ ਵੀ ਆਸ ਹੁੰਦੀ ਹੈ ਕਿ ਵੀ ਆਰ ਉਥੋਂ ਕੋ ਹੁਕਮ ਆਊਗਾ ਉਥੋਂ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਦਿਸ਼ਾ ਨਿਰਦੇਸ਼ ਆਊਗਾ ਜੇ ਉੱਥੇ ਵੀ ਇਸੇ ਤਰ੍ਹਾਂ ਦਾ ਮਤਲਬ ਕਹਿ ਲਓ ਕਿ ਵੀ ਇੱਕ ਉਹ ਖਿੱਚੋ ਤਾਨ ਵਾਲਾ ਮਾਹੌਲ ਹੋਇਆ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤੇ ਹੋ ਸਕਦਾ ਹੈ ਕਿ ਵੀ ਦੁਨੀਆ ਭਰ ਤੱਕ ਜਿਹੜਾ ਸੰਦੇਸ਼ ਆ ਉਹ ਨੈਗੇਟਿਵ ਜਾਵੇ ਸੰਧਾਲੀਆ ਸਭ ਨਾਲ ਦੀ ਨਾਲ ਇੱਕ ਚਰਚਾ ਜੇ ਪੰਥਕ ਸਫਾਂ ਦੀ ਗੱਲ ਚੱਲ ਹੀ ਰਹੀ ਹੈ ਇਹ ਤਾਂ ਚਲੋ ਹੋਰ 3-4-5 ਘੰਟਿਆਂ ਤੱਕ ਪਤਾ ਲੱਗ ਜਾਏਗਾ ਕਿ ਕਿਹੜੇ-ਕਿਹੜੇ ਮਸਲੇ ਵਿਚਾਰੇ ਗਏ ਕਿਹਦੇ ਉੱਤੇ ਸੁਝਾਅ ਲਏ ਗਏ ਇੱਥੇ ਵੀ ਇੱਕ ਚਰਚਾ ਚੱਲਦੀ ਹੈ ਇੱਕ ਸਵਾਲ ਵੈਸੇ ਹੀ ਖੜਦਾ ਹੈ ਵਿਰਸਾ ਸਿੰਘ ਵਲਟੋਆ ਸਾਹਿਬ ਬਾਰ-ਬਾਰ ਕਹਿੰਦੇ ਆ ਕਿ ਮੈਨੂੰ ਜਦੋਂ ਸੱਦਿਆ ਗਿਆ ਸੀ ਤਾਂ ਉਹਦੀ ਵੀਡੀਓਗ੍ਰਾਫੀ ਕੀਤੀ ਕੀ ਮੈਂ ਮੰਗ ਕਰਦਾ ਜਨਤਕ ਕਿਉਂ ਨਹੀਂ ਕਰਦੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਉੱਠ ਰਹੀ ਹੈ ਕਿ ਜਦੋਂ ਪੰਥ ਦੇ ਨਾਲ ਸੰਬੰਧਿਤ ਬਹੁਤ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਵਿਚਾਰ-ਚਰਚਾ ਕਰਨ ਦੇ ਲਈ ਵਿਦਵਾਨ ਸੱਦੇ ਗਏ ਆ ਤੇ ਉਹ ਵੀ ਚੀਜ਼ ਜਨਤਕ ਨਹੀਂ ਹੋਣੀ ਚਾਹੀਦੀ ਕਿ ਹੋਣੀ ਚਾਹੀਦੀ ਹੈ ਕੀ ਇਹ ਚੀਜ਼ਾਂ ਗੁਪਤ ਰੂਪ ਦੇ ਵਿੱਚ ਰਹਿਣੀਆਂ ਚਾਹੀਦੀਆਂ ਕਿ ਕਿਹਨੇ ਕੀ ਆਖਿਆ ਜਾਂ ਕਿਹੜੇ ਮਸਲੇ ਵਿਚਾਰੇ ਗਏ ਆ ਜਾਂ ਸੰਗਤ ਨੂੰ ਨਾਲੋਂ ਨਾਲ ਪਤਾ ਲੱਗਣੇ ਚਾਹੀਦੇ ਆ ਉਹਦੇ ਵਿੱਚ ਵੀ ਸੰਗਤ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਸਕਦੀਆਂ ਇਹਦੇ ਨਾਲ ਨਾਲ ਹੁਣ ਦੋ ਚੋਣਾ ਆ ਸਕਦੀਆਂ ਬੜੀ ਜਲਦ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਧਾਰਨ ਚੋਣਾ ਦੂਸਰੀਆਂ ਹਰਿਆਣਾ ਸਿੱਖ ਗੁਰਦੁਦਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾ ਪਹਿਲਾਂ ਹਰਿਆਣਾ ਦੇ ਵਿੱਚ ਵੀ ਜਿੰਨੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੀਟਾਂ ਸੀ ਉੱਥੇ ਐਸਜੀਪੀਸੀ ਦੇ ਨਾਲ ਹੀ ਵੋਟਾਂ ਪੈਂਦੀਆਂ ਸੀ ਪਰ ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਹਿਣ ਗਈਆਂ ਸਿਰਫ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਦੇ ਲਈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਂਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਅੱਗੜ ਪਿੱਛੜ ਜਦੋਂ ਮਰਜੀ ਵੱਖਰੀਆਂ ਪਹਿਣ ਗਈਆਂ ਹੁਣ ਇੱਥੇ ਵੀ ਸਵਾਲ ਖੜਦਾ ਹੈ ਕਿਉਂਕਿ ਸਾਲ ਹੋ ਗਿਆ ਸੀ ਐਸਜੀਪੀਸੀ ਦੀਆਂ ਵੋਟਾਂ ਮੰਨਦਿਆਂ ਨੂੰ ਕਦੇ 20 ਦਿਨ ਕਦੇ ਡੂੜ ਮਹੀਨਾ ਕ ਤਰੀਕ ਅੱਗੇ ਵਧਾਈ ਜਾਂਦੀ ਸੀ ਹੁਣ 31 ਅਕਤੂਬਰ ਦਾ ਕੰਮ ਨਿਭੜ ਗਿਆ ਜਿੰਨੀਆਂ ਵੋਟਾਂ ਵੰਡੀਆਂ ਸੀ ਬਣ ਗਈਆਂ ਮੇਰੇ ਨੋਟਿਸ ਦੇ ਵਿੱਚ ਨਹੀਂ ਮੈਂ ਖੰਗਾਲਣ ਪੜਤਾਲਣ ਦਾ ਯਤਨ ਕੀਤਾ ਕਿ ਐਸਪੀਸੀ ਦੇ ਵੋਟ ਬਣਾਉਣ ਦੇ ਲਈ ਮਿਤੀ ਵਧਾਈ ਤਾਂ ਨਹੀਂ ਪਰ ਨਹੀਂ ਵਧਾਈ ਇਹਦਾ ਮਤਲਬ ਹੈ ਕਿ ਹੁਣ ਜੇ ਕਿਸੇ ਵੋਟ ਦੇ ਉੱਤੇ ਇਤਰਾਜ਼ ਹੈ ਤਾਂ ਉਹ ਪ੍ਰਕਿਰਿਆ ਚੱਲੂ ভোটার ਸੂਚੀ ਨੂੰ ਅੰਤਮ ਸ਼ੋਹਾਂ ਦੇਣ ਦੀ ਪ੍ਰਕਿਰਿਆ ਚੱਲੂ ਜਦੋਂ ਵੋਟਰ ਸੂਚੀ ਤਿਆਰ ਹੋ ਗਈ ਤਾਂ ਉਹਦੇ ਤੋਂ ਬਾਅਦ ਸੇਵਾਮੁਕਤ ਜਸਟਿਸ ਸਾਰੋਂ ਸਾਹਿਬ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਐਲਾਨ ਕਰਵਾ ਸਕਦੇ ਜਾਂ ਕਰ ਸਕਦੇ ਆ। ਇਧਰ ਦੇ ਪਾਸੇ ਸੁਧਾਰ ਲਹਿਰ ਵਾਲੇ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਦੀ ਅਗਵਾਈ ਦੇ ਵਿੱਚ ਸਰੋਂ ਸਾਹਿਬ ਨੂੰ ਮਿਲਣਗੇ ਤੇ ਮੰਗ ਕਰਨਗੇ ਕਿ ਸ਼੍ਰੋਮਣੀ ਕਮੇਟੀ ਦੀਆਂ ਸਧਾਰਨ ਚੋਣਾਂ ਛੇਤੀ ਕਰਾਓ। ਦੂਸਰੇ ਪਾਸੇ ਨਾਇਬ ਸਿੰਘ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇੱਕ ਸਿੱਖਾਂ ਦਾ ਹਰਿਆਣੇ ਦੇ ਸਿੱਖਾਂ ਦਾ ਵਫਤ ਮਿਲਣ ਜਾਂਦਾ ਹੈ ਤੇ ਉਹ ਮੰਗ ਕਰਦੇ ਆ ਕਿ ਹਰਿਆਣੇ ਜਦੋਂ ਦੀ ਬਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਕਦੇ ਵੋਟਾਂ ਨਹੀਂ ਪਈਆਂ। ਨਾਇਬ ਸਿੰਘ ਸੈਣੀ ਉਹ ਕਹਿੰਦੇ 2 ਕੁ ਮਹੀਨੇ 3 ਮਹੀਨੇ ਚ ਆਪਾਂ ਬੂਟਾਂ ਪਵਾ ਲੈਨੇ ਆ ਕੰਮ ਨਵੇੜ ਲੈਨੇ ਆ ਬੂਟਾਂ ਉੱਥੇ ਵੀ ਬਣ ਗਈਆਂ ਹੁਣ ਸੰਧਾਲੀਆ ਸਭ ਕੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਵਾਲਾ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਚੋਣਾਂ ਲੜੇਗਾ ਉਹ ਦਿੱਲੀ ਚ ਲੜਦੇ ਆ ਜਿੱਤਦੇ ਆ ਜਾਂ ਹਾਰਦੇ ਆ ਵੱਖਰੀ ਗੱਲ ਐ ਪਰ ਮੌਜੂਦਾ ਸਥਿਤੀ ਦੇ ਵਿੱਚ ਜਦੋਂ ਅਕਾਲੀ ਦਲ ਮੁਕਾਬਲਤਨ ਕੁਝ ਕਮਜ਼ੋਰ ਹੋਇਆ ਇਹ ਚੁਣੌਤੀ ਨਹੀਂ ਐ ਇਧਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਦੇ ਲਈ ਜੇ ਵੋਟਾਂ ਪੈ ਜਾਂਦੀਆਂ ਮੰਨ ਲਓ ਜਨਵਰੀ ਚ ਪੈਂਦੀਆਂ ਮੰਨ ਲਓ ਉੱਥੇ ਫਿਰ ਬਹੁਤ ਸਾਰੀਆਂ ਧਿਰਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਾਹਮਣੇ ਹੋਣਗੀਆਂ ਸੁਧਾਰ ਲਹਿਰ ਵਾਲੇ ਹੋਣਗੇ ਮੈਂਬਰ ਪਾਰਲੀਮੈਂਟ ਸਰਦਾਰ ਅਮਰਿਤਪਾਲ ਸਿੰਘ ਹੋਰਾਂ ਦਾ ਧਿਰ ਹੋਏਗੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਹੋਣਗੇ ਸਿੱਖ ਸਦਭਾਵਨਾ ਦਲ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਸਾਹਿਬ ਹੋਣਗੇ ਸਰਦਾਰ ਸਿਮਰਨਜੀਤ ਸਿੰਘ ਮਾਨੁਰੀ ਹੋਣਗੇ ਇੱਕ ਵੱਖਰੇ ਤਨ ਦੀ ਚੁਣੌਤੀ ਖੜੀ ਹੋ ਜੂਗੀ ਜੇ 2-3 ਮਹੀਨੇ ਚ ਵੋਟਾਂ ਆ ਗਈਆਂ ਇੱਕੋ ਚੁਣੌਤੀ ਤੇ ਹੈਗੀ ਹੈ WhatsApp ਪਰ ਮੈਂ ਇਹਦੇ ਨਾਲ ਨਾਲ ਇੱਕ ਹੋਰ ਚੁਣੌਤੀ ਵੀ ਦੇਖ ਰਿਹਾ ਜਦੋਂ ਆਪਾਂ ਗੱਲ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਾਂ ਆਪਾਂ ਗੱਲ ਕਰਦੇ ਆ ਵੀ ਜੇ ਹਰਿਆਣੇ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਕਮੇਟੀ ਬਣ ਗਈ ਦਿੱਲੀ ਚ ਆਲਰੇਡੀ ਹੈ ਉਹਦੇ ਲਈ ਜਦੋਂ ਵੋਟਾਂ ਪੈਣੀਆਂ ਨੇ ਤਾਂ ਆਪਾਂ ਨੂੰ ਇਹ ਗੱਲ ਬੜੀ ਕਲੀਅਰ ਤੇ ਸਾਫ਼ ਹੋ ਗਈ ਹੁਣ ਤੱਕ ਕਿ ਉਹਦੇ ਲਈ ਹਰ ਬੰਦਾ ਕੋਈ ਆਮ ਬੰਦਾ ਵੋਟ ਨਹੀਂ ਪਾ ਸਕਦਾ ਉਹਦੇ ਲਈ ਕੁਝ ਇੱਕ ਸ਼ਰਤਾਂ ਪੂਰੀਆਂ ਕਰਦੇ ਗੁਰਸਿੱਖ ਲੋਕ ਜਿਹੜੇ ਨੇ ਉਹੀ ਵੋਟਾਂ ਪਾ ਸਕਦੇ ਕਿਉਂਕਿ ਉਹ ਪਹਿਲਾਂ ਅਪਲਾਈ ਕਰਦੇ ਫਿਰ ਉਹਨਾਂ ਦੀ ਵੋਟ ਬਣਦੀ ਹੈ ਵੋਟ ਬਣਨ ਤੋਂ ਬਾਅਦ ਫਿਰ ਉਹ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਬੰਦਾ ਵੋਟਰ ਆ ਉਹ ਵੀ ਗੁਰਸੇਖ ਜਿਨਨੇ ਉਹ ਉਹਦੇ ਵਿੱਚ ਪਾਰਟਿਸਪੇਟ ਕਰਨਾ ਐਜ਼ ਅ ਉਮੀਦਵਾਰ ਉਹ ਵੀ ਗੁਰਸੇਖ ਤੇ ਜੇ ਸਾਰੇ ਕੁਝ ਦੇ ਪ੍ਰਬੰਧ ਦੇ ਲਈ ਇਹ ਸਾਰੀਆਂ ਵੋਟਾਂ ਪੈਣੀਆਂ ਨੇ ਉਸ ਕਮੇਟੀ ਦੇ ਕੰਮਕਾਰ ਵੀ ਸਾਰੇ ਧਾਰਮਿਕ ਪਰ ਆ ਜਿਹੜੀ ਗੱਲ ਬੀਬੀ ਜ਼ਗੀਰਕੌਰ ਹੋਰਾਂ ਨੇ ਗੱਲ ਮੇਰਾ ਖਿਆਲ ਮੀਡੀਆ ਨਾਲ ਸ਼ੇਅਰ ਕੀਤੀ ਸੀਗੀ ਜਿਹਦੇ ਚੋਂ ਜ਼ਿਕਰ ਕਰਦੇ ਆ ਕਿ ਵੀ ਆ ਪਿਛਲੇ ਦਿਨੀ ਜਿਹੜੀ ਇਕਤਰਤਾ ਹੋਈ ਜਿਹਦੇ ਵਿੱਚ ਇਹ ਫੈਸਲਾ ਲਿਆ ਜਾਣਾ ਸੀ ਕਿ ਵੀ ਪ੍ਰਧਾਨ ਸਾਹਿਬ ਤੇ ਹੋਰ ਅਹੁਦੇਦਾਰ ਸਹਿਬਾਨ ਜਿਹੜੇ ਚੁਣੇ ਜਾਣੇ ਆ ਉਹਦੇ ਵਿੱਚ ਬੀਬੀ ਜ਼ਗੀਰਕੌਰ ਹੋਰ ਵੀ ਪ੍ਰਧਾਨ ਦੇ ਤੌਰ ਤੇ ਉਮੀਦਵਾਰ ਸੀ ਦੂਸਰੇ ਪਾਸੇ ਧਾਮੀ ਸਾਹਿਬ ਉਮੀਦਵਾਰ ਸੀ ਧਾਮੀ ਸਾਹਿਬ ਇੱਕ ਵੱਡੀ ਲੀਡ ਦੇ ਨਾਲ ਜਿੱਤੇ ਨੇ ਉੱਥੇ ਬੀਬੀ ਜ਼ਗੀਰਕੌਰ ਹੋਰ ਨੂੰ ਪਿਛਲੀ ਵਾਰ ਜਿੰਨੀਆਂ ਵੋਟਾਂ ਪਈਆਂ ਸੀ ਉਹਦੇ ਤੋਂ ਵੀ ਘੱਟ ਵੋਟਾਂ ਪਈਆਂ ਉਹ ਇੱਕ ਤਿਹਾਰ ਦਾ ਕਾਰਨ ਹੋ ਸਕਦਾ ਜਾਂ ਕੋ ਉਹਨਾਂ ਨੂੰ ਲੱਗਦਾ ਹੋ ਸਕਦਾ ਕੋਈ ਹੋਰ ਕਾਰਨ ਉਹਨਾਂ ਨੇ ਪਰਚੋਲਿਆ ਹੋਵੇ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਹਾਂਜੀ ਜਿਹੜੇ ਮੈਂਬਰ ਸਹਿਬਾਨ ਨੇ ਜੀ ਉਹਨਾਂ ਨੂੰ ਵਰਗਲਾਇਆ ਗਿਆ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਹੱਕ ਚ ਕਰਨ ਦੇ ਲਈ ਕੋਈ ਲਾਲਚ ਦਿੱਤੇ ਗਏ ਜਾਂ ਜੇ ਕੋਈ ਪਹਿਲਾ ਐਸਾਨਮੰਦ ਸੀ ਮੰਨ ਲਓ ਵੀ ਕਿਸੇ ਨੇ ਕੋਈ ਕੰਮ ਲਿਆ ਕੋਈ ਆਪਣਾ ਬੰਦਾ ਭਰਤੀ ਕਰਾਇਆ ਦੂਜਾ ਤੇ ਜਾਂ ਉਹਨੂੰ ਆਖਿਆ ਗਿਆ ਵੀ ਹਾਂ ਵੀ ਹੁਣ ਤੇਰੀ ਵੋਟ ਪਾਉਣੀ ਪੈਣੀ ਹੈ ਜਾਂ ਜਿਹੜੀਆਂ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਦਾ ਵਿੱਚ ਜ਼ਿਕਰ ਕੀਤਾ ਗਿਆ ਕਿ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਵੀ ਕੋਈ ਨਾ ਕੋਈ ਡੀਲਿੰਗ ਹੋਈ ਹੁਣ ਮੈਂ ਇਹ ਗੱਲ ਕਰ ਰਿਹਾ ਸੀ ਕਿ ਵੀ ਜੇ ਉਸ ਲੈਵਲ ਤੱਕ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਦਾ ਨਾਂ ਆ ਰਿਹਾ ਸਿਆਸਤ ਦਾ ਜ਼ਿਕਰ ਆ ਰਿਹਾ ਤੇ ਫਿਰ ਜਦੋਂ ਆਪਾਂ ਮੈਂ ਪਹਿਲਾਂ ਗੱਲ ਕੀਤੀ ਕਿ ਧਾਰਮਿਕ ਵੋਟਾਂ ਨੇ ਧਾਰਮਿਕ ਲੋਕਾਂ ਨੇ ਪਾਉਣੀਆਂ ਨੇ ਧਾਰਮਿਕ ਲੋਕਾਂ ਨੂੰ ਚੁਣਨਾ ਹੈ ਧਾਰਮਿਕ ਕਾਰਜਾਂ ਦੇ ਲਈ ਚੁਣਨਾ ਹੈ ਤੇ ਫਿਰ ਰਾਜਨੀਤੀ ਜਿਹੜੀ ਹੈ ਉਹ ਆਸੇ-ਪਾਸੇ ਜਿਸ ਤਰ੍ਹਾਂ ਕਹਿ ਲਓ ਕਿ ਵੀ ਉਹ ਕਹਿੰਦੇ ਕਿ ਲਪੇਟਾ ਮਾਰ ਕੇ ਤੁਰੇ ਫਿਰਦੀ ਹੈ ਇਹਦਾ ਵੀ ਤੇ ਕੋਈ ਨਾ ਕੋਈ ਇਲਾਜ ਕਰ ਲੈਣਾ ਚਾਹੀਦਾ ਨਾ ਪਿੰਗਾਂ ਭੁਇਖ ਦੇ ਵਿੱਚ ਜੇ ਮੰਨ ਲਓ ਆਪਣੇ ਕੋਲੇ ਨਵੇਂ ਮੈਂਬਰ ਸਾਹਿਬਾਂ ਚੁਣ ਕੇ ਆਉਣ ਉਹ ਰਾਜਨੀਤੀ ਤੋਂ ਥੋੜਾ ਜਿਹਾ ਪਾਸੇ ਹੋ ਰਾਜਨੀਤੀ ਦਾ ਤਾਂ ਜੇ ਇੱਕ ਡਾਂਗੋ ਵੀ ਵੱਜ ਰਿਹਾ ਜਿਹੜਾ ਸਾਹਮਣੇ ਨਜ਼ਰ ਨਹੀਂ ਆ ਰਿਹਾ ਉਹ ਪਿੱਛੇ ਆ ਤੇ ਜਦੋਂ ਤੱਕ ਉਹ ਪਿੱਛੇ ਆ ਜਦੋਂ ਤੱਕ ਸਾਹਮਣੇ ਨਜ਼ਰ ਨਹੀਂ ਆ ਰਿਹਾ ਜਦੋਂ ਤੱਕ ਤੱਥ ਸਬੂਤ ਪ੍ਰੂਫ ਸਿੱਧੇ ਤੌਰ ਤੇ ਨਹੀਂ ਗੱਲ ਵੀ ਨਹੀਂ ਕੀਤੀ ਜਾ ਸਕਦੀ ਕਈ ਵਾਰੀ ਲੱਗਦਾ ਹੁੰਦਾ ਜਦੋਂ ਉਸ ਡਾਂਗ ਨੂੰ ਦੇਖਦੇ ਆ ਇਹ ਤਾਂ ਖਿਡਾਰੀ ਸਾਰੇ ਛੋਟੇ ਨੇ ਹੁਣ ਛੋਟੇ ਖਿਡਾਰੀ ਵੱਡੇ ਖਿਡਾਰੀਆਂ ਦੇ ਲਈ ਕਿਦਾਂ ਖੇਡਣਗੇ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਕੁਝ ਤੈਅ ਕਰੂਗਾ ਪਰ ਇੰਨੀ ਗੱਲ ਜ਼ਰੂਰ ਐ ਸੰਧਾਲੀਆ ਸਾਹਿਬ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਾਹਮਣੇ ਆਉਂਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਉੱਥੇ ਫਿਰ ਬਹੁਤ ਵੱਡਾ ਜ਼ੋਰ ਲਾਉਣਾ ਪਊਗਾ ਤਾਂ ਲਾਉਣਾ ਪਊਗਾ ਜਿਮਨੀ ਚੋਣਾਂ ਦੇ ਵਿੱਚ ਤਾਂ ਅਕਾਲੀ ਦਲ ਪਰਾਂ ਹਟ ਗਿਆ ਉਦੋਂ ਤੱਕ ਅਕਾਲੀ ਦਲ ਦੀ ਸਥਿਤੀ ਕੀ ਹੋਏਗੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਸਥਿਤੀ ਕੀ ਹੋਏਗੀ ਇਹ ਤਾਂ ਪਤਾ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਉਦੋਂ ਫਿਰ ਬਹੁਤ ਕੁਝ ਤੈਅ ਹੋ ਜਾਣਾ ਭਵਿੱਖ ਦੇ ਲਈ ਜਸਵੀਰ ਸਿੰਘ ਗੜੀ ਬੋਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਨ ਸੰਧਾਲੀਆ ਸਾਹਿਬ ਅਚਾਨਕ ਇੱਕ ਫੈਸਲਾ ਹੁੰਦਾ ਹੈ ਜਸਵੀਰ ਸਿੰਘ ਗੜੀ ਨੂੰ ਪ੍ਰਧਾਨਗੀ ਤੋਂ ਨਹੀਂ ਬਸਪਾ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਬਰਖਾਸਤ ਕਰ ਦਿੱਤਾ ਜਾਂਦਾ ਕਹਿੰਦੇ ਅਨੁਸ਼ਾਸਨਹੀਣਤਾ ਕੀਤੀ ਹੈ ਤੇ ਉਹਨਾਂ ਦੀ ਥਾਂ ਦੇ ਉੱਤੇ ਇੱਕ ਵਾਰ ਫਿਰ ਅਵਤਾਰ ਸਿੰਘ ਕ੍ਰੀਮਪੁਰੀ ਨੂੰ ਪ੍ਰਧਾਨ ਬਣਾਇਆ ਜਾਂਦਾ ਬੋਝਨ ਸਮਾਜ ਪਾਰਟੀ ਦਾ ਠੀਕ ਹੈ ਬੋਝਨ ਸਮਾਜ ਪਾਰਟੀ ਦਾ ਆਪਣਾ ਫੈਸਲਾ ਉਹਨਾਂ ਨੇ ਕਿਹੜਾ ਪੁੱਛ ਕੇ ਕਰਨਾ ਕਿਸੇ ਤੋਂ ਉੱਥੇ ਵੀ ਹੁਕਮ ਬਾਕੀ ਸਿਆਸੀ ਪਾਰਟੀਆਂ ਵਾਂਗ ਉੱਪਰੋਂ ਹੀ ਆਉਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਜਸਵੀਰ ਸਿੰਘ ਗੜੀ ਹੋਰਣੇ ਅਚਾਨਕ ਅਨੁਸ਼ਾਸਨੀਣਤਾ ਕਿਉਂ ਕੀਤੀ ਪਹਿਲਾਂ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਵੀ ਲੜਾਈ ਪਾਰਟੀ ਨੇ ਫਿਰ ਲੋਕ ਸਭਾ ਦੀ ਚੋਣ ਵੀ ਲੜਾਈ ਉਹ ਵਿਧਾਨ ਸਭਾ ਦੀ ਚੋਣ ਵੀ ਹਾਰੇ ਲੋਕ ਸਭਾ ਦੀ ਵੀ ਹਾਰੇ बसपा ਲੋਕ ਸਭਾ ਚ ਸਾਰੀਆਂ ਸੀਟਾਂ ਹਾਰੀ ਇਹਦੇ باوجود ਵੀ ਉਹਨਾਂ ਦੀ ਪ੍ਰਧਾਨਗੀ ਕਾਇਮ ਰਹਿਣ ਦਿੱਤੀ ਹੁਣ ਮੈਨੂੰ ਲੱਗਦਾ ਕਿ ਪਾਰਟੀ ਨੂੰ ਦੱਸਣਾ ਚਾਹੀਦਾ ਕਿ ਕਿਹੜੀ ਅਨੁਸ਼ਾਸਨੀ ਹਿੰਮਤਾ ਕਰ ਦਿੱਤੀ ਹੈ ਪਰ ਜੋ ਹਾਲਾਤ ਬੋਝਨ ਸਮਾਜ ਪਾਰਟੀ ਦੇ ਬਣਿਓ ਆ ਪਹਿਲਾਂ ਵੀ ਬਹੁਤੇ ਪ੍ਰਧਾਨ ਇਦਾਂ ਹੀ ਲਾਏ ਗਏ ਪਹਿਲਾਂ ਵੀ ਬੋਝਨ ਸਮਾਜ ਪਾਰਟੀ ਦੇ ਵਿੱਚ ਜਿਹੜੇ ਲੀਡਰ ਹੌਲੀ ਹੌਲੀ ਸਿਰ ਕੱਟਦੇ ਸੀ ਉਹ ਦੂਸਰੀਆਂ ਪਾਰਟੀਆਂ ਚ ਗਏ ਅਸੀਂ ਨਹੀਂ ਕਹਿੰਨੇ ਕਿ ਜਸਵੀਰ ਸਿੰਘ ਗੜੀ ਹੋਰਾਂ ਦਾ ਕੋਈ ਕਸੂਰ ਨਹੀਂ ਹੋਣਾ ਪਰ ਜੇ ਇਸ ਤਰੀਕੇ ਅਚਾਨਕ ਇਹ ਫੈਸਲਾ ਕੀਤਾ ਗਿਆ ਕਿ ਪਾਰਟੀ ਦੇ ਪ੍ਰਧਾਨ ਨੂੰ ਹੀ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦੇਣਾ ਕਾਰਗੁਜ਼ਾਰੀ ਪਾਰਟੀ ਦੀ ਉਹਨਾਂ ਦੀ ਅਗਵਾਈ ਚ ਕਿਦਾਂ ਦੀ ਰਹੀ ਉਹ ਵੱਖਰੀ ਗੱਲ ਹੈ ਪਰ ਬਹੁਜਨ ਸਮਾਜ ਪਾਰਟੀ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਤੇ ਸਾਨੂੰ ਚੇਤਾ ਹੀ ਰੱਖਣਾ ਚਾਹੀਦਾ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਸੰਧਾਲੀਆ ਸਭ ਸਮਝੌਤਾ ਕੀਤਾ ਸੀ ਅਕਾਲੀ ਦਲ ਆਪਣੇ ਤੌਰ ਦੇ ਉੱਤੇ ਹੀ ਕਹਿ ਦਿੰਦਾ ਹੈ ਆ ਦੋ ਸੀਟਾਂ ਸਾਡੀਆਂ ਬਸਪਾ ਨੂੰ ਕੋ ਹੋਰ ਦੇ ਦੇ ਦਿਆਂਗੇ ਬਸਪਾ ਅਕਾਲੀ ਦਲ ਤੋਂ ਉਧਾਰੇ ਬੰਦੇ ਲੈ ਕੇ ਪੰਜਾਬ ਚ ਵਿਧਾਨ ਸਭਾ ਦੀਆਂ ਚੋਣਾਂ ਲੜਦੀ ਸੀ ਉਹ ਮੈਂ ਟਾਂਡਾ ਦਾ ਮੈਂ ਕਈ ਵਾਰ ਜ਼ਿਕਰ ਕੀਤਾ ਬਸਪਾ ਨੂੰ ਸੀਟ ਮਿਲੀ ਅਕਾਲੀ ਦਲ ਤੋਂ ਬੰਦਾ ਲਿਆ ਉਹਨੇ ਬਸਪਾ ਦੀ ਟਿਕਟ ਤੇ ਚੋਣ ਲੜੀ ਉਹ ਚੋਣ ਹਾਰ ਗਿਆ ਉਹਦੇ ਤਵਾਦਾ ਕੋ ਅਕਾਲੀ ਦਲ ਚ ਫਿਰ ਸ਼ਾਮਲ ਹੋ ਗਿਆ ਤੇ ਇਸ ਵੇਲੇ ਜ਼ਿਲ੍ਹਾ ਪ੍ਰਧਾਨ ਨੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕੋਈ ਗੱਲ ਪਰ ਬਸਪਾ ਕਿੱਥੇ ਖੜੀ ਆ ਥੋੜਾ ਕਿੱਥੇ ਸਟੈਂਡ ਹੈ ਜਿਹੜੇ ਲੋਕ ਸਭਾ ਹਲਕੇ ਤੋਂ ਬਾਬੂ ਕਾਂਸ਼ੀਰਾ ਮੋਰੀ ਕਦੇ ਜਿੱਤ ਕੇ ਐਮਪੀ ਬਣੇ ਸੀ ਉਸੇ ਲੋਕ ਸਭਾ ਹਲਕੇ ਦੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਤੁਹਾਡੇ ਕੋਲੇ ਆਪਣਾ ਉਮੀਦਵਾਰਿਆ ਨਹੀਂ ਹੂੰ ਵੇਖੋ ਵਾਰਸਾ ਬ ਇੱਕ ਗੱਲ ਮੈਂ ਇੱਥੇ ਜ਼ਰੂਰ ਕਲੀਅਰ ਕਰਾਂ ਕਿ ਜੇ ਕੋਈ ਇਹ ਸਮਝੇ ਨਾ ਕਿ ਯਾਰ बसपा ਉਹ ਕਿਹੜੀ ਪਾਰਟੀਆਂ ਚੋਂ ਪਾਰਟੀ ਹੋਈ ਤੇ ਜਿਹੜੇ ਬੰਦੇ ਨੂੰ ਇਹ ਲੱਗਦਾ ਉਹ ਆਪਣਾ ਭਲੇਖਾ ਕੱਢੇ ਕਿਉਂਕਿ बसपा ਇੱਕ ਬੜੀ ਜੜਾਂ ਵਾਲੀ ਪਾਰਟੀ ਆ ਪੰਜਾਬ ਦੇ ਵਿੱਚ ਵੀ ਆਧਾਰ ਸੀਗਾ ਐਂਡ ਸਟਿਲ ਹੈਗਾ ਇਹ ਅੱਜ ਵੀ ਆਪਾਂ ਨੂੰ ਬੰਦੇ ਮਿਲ ਜਾਣਗੇ ਉਹ ਉਹ ਹੋਰ ਕਿਤੇ ਵੀ ਨਹੀਂ ਜਾ ਕੇ ਰਾਜੀ ਉਹਨਾਂ ਨੇ ਕਹਿਣਾ ਵੀ ਜੇ बसपा ਨਾਲ ਇਹਦਾ ਆਪਾਂ बसपा ਨਾਲ ਕਿਤੇ ਸੁਨੇਹਾ ਪਹੁੰਚ ਗਿਆ ਵੀ ਫਲਾਣੇ ਥਾਂ ਪਹੁੰਚਣਾ ਉਹ ਭਾਵੇਂ ਬੰਦਾ ਸਾਈਕਲ ਤੇ ਜਾਵੇ ਉਹਨੇ ਜਾਣਾ ਜ਼ਰੂਰ ਆ। ਕਹਿਣ ਤੋਂ ਭਾਵੇਂ ਹੋ ਗਿਆ ਕਿ ਜਿਹੜਾ ਤੇ ਆ ਵਰਕਰ ਜਿਹੜਾ ਬੰਦਾ ਤੇ ਸੋਚ ਦੇ ਨਾਲ ਖੜਾ ਪਿਆ ਸਾਡੀ ਪਾਰਟੀ ਤੇ ਆਪਾਂ ਉਹਦੇ ਨਾਲ ਖੜਨਾ ਉਹ ਵਿਚਾਰਾ ਆਪਣਾ ਪਸੀਨਾ ਵਹਾਵੇ ਆਪਣੀ ਮਿਹਨਤ ਕਰੇ ਆਪਣਾ ਕੋਈ ਥੇਲੀ ਪੌਲੀ ਵਿੱਚ ਹਿੱਸਾ ਪਾਵੇ ਉਹ ਕੋਸ਼ਿਸ਼ ਕਰਦਾ ਵੀ ਯਾਰ ਪਾਰਟੀ ਆ ਤੇ ਪਾਰਟੀ ਡਿਗਣੀ ਨਹੀਂ ਚਾਹੀਦੀ। ਇਹ ਤੇ ਮੈਨੂੰ ਲੱਗਦਾ ਵੀ ਲੀਡਰ ਸਹਿਬਾਨ ਜਦੋਂ ਉੱਪਰ ਚਲੇ ਜਾਂਦੇ ਨੇ ਉੱਪਰ ਹੋਰ ਨਾਲ ਪਾਰਟੀਆਂ ਦੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਉੱਥੇ ਕਈ ਵਾਰਾਂ ਸਿਆਸਤ ਜ਼ਿਆਦਾ ਭਾਰੂ ਹੋ ਜਾਂਦੀ ਆ ਕਈ ਵਾਰਾਂ ਜਿਹੜੇ ਕਹ ਲੋ ਕਿ ਵਰਕਰ ਸਪੋਰਟਰ ਹੁੰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਥੋੜਾ ਜਿਹਾ ਪਾਸੇ ਕਰਕੇ ਵੀ ਲੀਡਰ ਆਪਣਾ ਕੋਈ ਡਿਸੀਜਨ ਲੈ ਲੈਂਦੇ ਆ ਕੀ ਕਾਰਨ ਹੁੰਦਾ ਕੀ ਨਹੀਂ ਹੁੰਦਾ ਇਹ ਇਕੱਲੀ ਬਸਪਾ ਚ ਨਹੀਂ ਹੋਇਆ ਸਾਰੀਆਂ ਪਾਰਟੀਆਂ ਇਹ ਸਾਰਾ ਕੁਝ ਕਰਦੀਆਂ ਨੇ ਬਸਪਾ ਤੋਂ ਅਛੂਤੀ ਨਹੀਂ ਰਹੀ ਆ ਆਪਾਂ ਇਹ ਸਿਰਫ ਇਹ ਕਹਿ ਰਹੇ ਹੁਣ ਜੇ ਮੰਨ ਲਓ ਕਿ ਇਹ ਇਹ ਸਥਿਤੀ ਆ ਗਈ ਆ ਵੀ ਕੁੰਕ੍ਰੀਮਪਰੀ ਸਾਹਿਬ ਪਹਿਲਾਂ ਵੀ ਪ੍ਰਧਾਨ ਹੁੰਦੇ ਸੀ ਉਹ ਪਾਸੇ ਹੋ ਗਏ ਉਹਨਾਂ ਨੂੰ ਅੱਗੇ ਰਾਜ ਸਭਾ ਦਾ ਵਿੱਚ ਭੇਜਤਾ ਉਹਨਾਂ ਬਾਅਦ ਫਿਰ ਵਾਪਸੀ ਆ ਜਾਂਦੀ ਹੁਣ ਉਹ ਦੁਬਾਰਾ ਫਿਰ ਪ੍ਰਧਾਨ ਬਣ ਜਾਂਦੇ ਹੁਣ ਉਹ ਆਣ ਕੇ ਜਿਹੜੀ ਗੜੀ ਸਾਹਿਬ ਕਹਿੰਦੇ ਮੈਂ ਕੰਮ ਕੀਤਾ ਸੀ ਉਹਨਾਂ ਦਾ ਕੁਜਰਤ ਰਾਸ ਕਰਤਾ ਉਹਨੂੰ ਪਾਸੇ ਕਰਕੇ ਹੁਣ ਕ੍ਰੀਮਪੂਰੀ ਸਾਹਿਬ ਦੁਬਾਰਾ ਬਸਪਾ ਨੂੰ ਅੱਗੇ ਲੈ ਕੇ ਜਾਣਗੇ ਮੇਰਾ ਸਿਰਫ ਮਕਸਦ ਕਹਿਣ ਤੋਂ ਇਹ ਸੀ ਵੀ ਜੇ ਤਾਂ ਉੱਤੇ 5-4 ਬੰਦਿਆਂ ਦੇ ਵਿੱਚ ਹੀ ਸਾਰੀ ਗੇਮ ਚੱਲਣੀ ਆ ਤੇ ਫਿਰ ਵਿਚਾਰਾ ਜਿਹੜਾ ਵਰਕਰ ਹੈ ਉਹ ਕਿੰਨੀ ਕੀ دیر ਤੱਕ ਵਿਚਾਰਾ ਸਾਈਕਲ ਤੇ ਪਹੁੰਚੂਗਾ ਵੀ ਨਹੀਂ ਯਾਰ ਸਾਡੀ ਪਾਰਟੀ ਹੈ ਤੇ ਮੈਂ ਝੰਡੀ ਲੈ ਕੇ ਉੱਥੇ ਜਾਣਾ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਮੇਰੇ ਖਾਲਜੇ ਧਿਆਨ ਚ ਰੱਖ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਵਰਕਰਾਂ ਦੇ ਕਿਤੇ ਕਿਦਾਂ ਕਿਤੇ ਉਹਨਾਂ ਦੇ ਮਨਾਂ ਨੂੰ ਧਿਆਨ ਚ ਰੱਖ ਕੇ ਕੋਈ ਫੈਸਲਾ ਲਿਆ ਕਰਨ ਤੇ ਮੇਰੇ ਖਿਆਲ ਨਾਲ ਪਾਰਟੀਆਂ ਮੁਰਤ ਤਰੱਕੀ ਕਰ ਸਕਦੀਆਂ ਪਰ ਮੁਸ਼ਕਲੇ ਹੋ ਗਈ ਅੱਜ ਦੀ ਡੇਟ ਦੇ ਵਿੱਚ ਇਹ ਕਾਈ ਕਮਾਂਡ ਕਲਚਰ ਹੋ ਗਿਆ ਉਹ ਹਾਈ ਕਮਾਂਡ ਦੇ ਵਿੱਚੋਂ ਜਿਹੜਾ ਤੀਰ ਨਿਕਲ ਜਾਂਦਾ ਵਰਕਰ ਤੇ ਵਿਚਾਰਾ ਵਿਚਾਲੇ ਹੀ ਵੰਨੇ ਮੰਨਿਆ ਜਾਂਦਾ ਕਿਤੇ ਸੰਧਾਲੀਆ ਸਭ ਇਹਦੇ ਤੋਂ ਪਹਿਲਾਂ ਕਿ ਆਪਾਂ ਗਿੱਦੜ ਵਾਹੇ ਚਲੀਏ ਹਲਕਾ ਜਿਹਾ ਚੱਕਰ 올림픽 ਖੇਡਾਂ ਦਾ ਮਾਰਨਾ ਪੈਣਾ ਪਤਾ ਲੱਗਿਆ ਕਿ 2036 ਦੇ ਵਿੱਚ ਜਿਹੜੀਆਂ 올림픽 ਖੇਡਾਂ ਹੋਣੀਆਂ ਉਹਦੇ ਲਈ ਇੰਡੀਅਨ 올림픽 ਐਸੋਸੀਏਸ਼ਨ ਨੇ ਇੰਟਰਨੈਸ਼ਨਲ 올림픽 ਕੌਂਸਲ ਨੂੰ ਇੱਕ ਚਿੱਠੀ ਲਿਖੀ ਹੈ ਬੇਨਤੀ ਕੀਤੀ ਹੈ ਕਿ ਭਾਰਤ ਦੇ ਵਿੱਚ ਅਸੀਂ 올림픽 ਖੇਡਾਂ ਕਰਾਉਣੀਆਂ ਚਰਚਾ ਹੋ ਜਾਣ ਤਾਂ ਬੜੀ ਚੰਗੀ ਗੱਲ ਹੈ ਹੁਣ 2036 ਹੋ ਸਕਦਾ ਹੈ ਕਿ ਕਿਸੇ ਨੂੰ ਦੂਰ ਲੱਗੇ ਪਰ ਫੈਸਲਾ ਬਹੁਤ ਪਹਿਲਾਂ ਹੋ ਜਾਂਦਾ ਜਿਹੜੀਆਂ 28 ਦੇ ਵਿੱਚ ਖੇਡਾਂ ਹੋਣੀਆਂ ਅਮਰੀਕਾ 'ਚ ਹੋਣੀਆਂ 2032 ਦੇ ਵਿੱਚ ਜਿਹੜੀਆਂ ਖੇਡਾਂ ਹੋਣੀਆਂ ਬ੍ਰਿਸਬੇਨ ਆਸਟ੍ਰੇਲੀਆ 'ਚ ਹੋਣੀਆਂ ਤੇ ਉਹਦੇ ਤੋਂ ਬਾਅਦ ਫੇਰ ਆ 36 ਆ ਜਾਣਾ 36 ਦਾ ਜੇ ਫੈਸਲਾ ਹੋਣਾ ਹੁਣ ਬਹੁਤ ਸਾਰੇ ਦੇਸ਼ਾਂ ਨੇ ਹੋਰ ਵੀ ਮੇਜ਼ਬਾਨੀ ਕਰਨ ਦੇ ਲਈ ਦਾਵਾ ਠੋਕਣਾ ਹੈ ਤੇ ਉੱਥੇ ਇਦਾਂ ਤਾਂ ਹੁੰਦਾ ਨਹੀਂ ਕਿ ਭਈ ਕਹਿ ਕਹਾ ਕੇ ਮੇਜ਼ਬਾਨੀ ਮਿਲ ਜਾਣੀ ਹੈ ਸਾਰਾ ਕੁਝ ਦੱਸਣਾ ਪੈਂਦਾ ਹੈ ਕਿ ਸਾਡੇ ਕੋਲ ਇੰਨੇ ਸਟੇਡੀਅਮ ਹੈਗੇ ਆ ਇੰਨੇ ਅਸੀਂ ਬਣਾ ਲੈਣੇ ਆ ਸੰਧਾਲੀਆ ਸਾ ਪੈਰਾਸੋਲਪਿਕ ਹੋਣੇ ਜੁਲਾਈ ਅਗਸਤ ਦੇ ਵਿੱਚ ਹੋਈ ਆ ਵੇਖਣ ਜਾਣਨ ਦਾ ਮੌਕਾ ਮਿਲਿਆ ਹੁਣ ਲੱਖਾਂ ਲੋਕ ਵੇਖਣ ਆਉਂਦੇ ਆ ਤੇ ਹਜ਼ਾਰਾਂ ਖਿਡਾਰੀ ਤੇ ਪ੍ਰਬੰਧਕ ਉੱਥੇ ਹੁੰਦੇ ਆ ਟਰਾਂਸਪੋਰਟ ਦਾ ਪ੍ਰਬੰਧ ਕਰਨਾ ਰਹਿਸ਼ਾਂ ਦਾ ਪ੍ਰਬੰਧ ਕਰਨਾ ਵਰਲਡ ਕਲਾਸ ਸਟੇਡੀਅਮ ਚਾਹੀਦੇ ਆ ਸੁਰੱਖਿਆ ਦਾ ਪ੍ਰਬੰਧ ਕਰਨਾ ਇਦੇ ਤੋਂ ਇਲਾਵਾ ਬਖਵਖ ਪਛਾਵਾਂ ਦੇ ਉੱਥੇ ਲੋਕ ਆਉਂਦੇ ਆ ਉਹਨਾਂ ਦੇ ਲਈ ਬਖਵਖ ਪਛਾਵਾਂ ਦੇ ਵਿੱਚ ਜਿਹੜੇ ਸਿੱਧ ਹਸਤ ਨਿਪੁੰਨ ਵਲੰਟੀਅਰ ਨੇ ਉਹਨਾਂ ਦਾ ਪ੍ਰਬੰਧ ਕਰਨਾ ਮੈਂ ਨਹੀਂ ਕਹਿਣਾ ਕਿ ਭਾਰਤ ਉਹਦਾ ਪ੍ਰਬੰਧ ਨਹੀਂ ਕਰ ਸਕਦਾ ਦਿੱਲੀ ਦੇ ਵਿੱਚ 2010 ਦੇ ਵਿੱਚ ਕਾਮਰਵੈਲਥ ਖੇਡਾਂ ਹੋਈਆਂ ਸੀ ਸੁਰੇਸ਼ ਕਲਮਾੜੀ ਉਹ ਰਾਣੀਆਂ ਮੈਂ ਉਹ ਵੀ ਥੋੜੀਆਂ ਜੀਆਂ ਵੇਖੀਆਂ ਉਦੋਂ ਭਾਰਤ ਨੇ ਪ੍ਰਬੰਧ ਕੀਤੇ ਸੀ ਸਫਲਤਾਪੂਰਵਕ ਹੋਈਆਂ ਸੀ ਉਹ ਵੱਖਰੀ ਗੱਲ ਆ ਕਿ ਕੁਝ ਬਾਅਦ ਵਿੱਚ ਜਿਹੜੇ ਰੋਲੇ ਰੱਪੇ ਸਾਡੇ ਨਾਲ ਜੁੜੇ ਹੋਏ ਆ ਉਹ ਜੁੜੇ ਰਹੇ ਐਤਕੀ ਕਹਿੰਦੇ ਆ ਕਿ ਹైదరాబాద్ ਦਾ ਨਾਮ ਦਿੱਤਾ ਕਿ ਅਸੀਂ ਹైదరాబాద్ ਵਿੱਚ 올림픽 ਕਰਾਵਾਂਗੇ ਜੇ ਮੇਜ਼ਬਾਨੀ ਮਿਲ ਜਵੇ ਚੰਗੀ ਗੱਲ ਹੈ ਪਰ ਉਹਦੇ ਲਈ ਆਪਣਾ ਪੱਖ ਬੜਾ ਸੋਲਿਡ ਤਰੀਕੇ ਜਿਹੜਾ ਰੱਖਣਾ ਪੈਣਾ ਇੰਤਜ਼ਾਰ ਕਰਾਂਗੇ ਕਿ ਫੈਸਲਾ ਕਦ ਆਉਂਦਾ ਹੈ ਦੇਖੋ ਇਹ ਗੱਲ ਆ ਅੱਜ ਜੇ ਕੋਈ ਆਖੇ ਵੀ ਹਾਂ ਬਈ ਇਦਾਂ ਕਿਦਾਂ ਹੋ ਸਕਦਾ ਯਾਰ ਭਾਰਤ ਬਾਕੀ ਦੇ ਸਾਰੇ ਪ੍ਰਬੰਧ ਕਰ ਲਵੇ 올림픽 ਮੇਜ਼ਬਾਨੀ ਫਿਰ ਦੇਖ ਲਾਂਗੇ ਅਸੀਂ ਕਿਹੜਾ ਵੀ ਇਹ ਅੰਨੇ ਵੀ ਸਾਨੂੰ ਸਵੇਰੇ ਦੇ ਦਿਓ ਮੇਜ਼ਬਾਨੀ 236 ਜੀ ਬੜੀ ਦੂਰ ਆ ਅਜੇ ਤੱਕ 24 ਚੱਲਦਾ ਪਿਆ 12 ਸਾਲ ਨੇ 12 ਸਾਲਾਂ ਦੇ ਵਿੱਚ ਤੇ ਕਈ ਕੁਝ ਬਦਲ ਜਾਂਦਾ ਹਾਂ ਗੱਲ ਤੁਹਾਡੀ ਠੀਕ ਹੈ ਵਾਟਸਾਪ ਕੀ ਵੀ ਮੈਨੂੰ ਲੱਗਦਾ ਵੀ ਬਹੁਤ ਸਾਰੇ ਦੇਸ਼ ਜਿਨ੍ਹਾਂ ਦੇਸ਼ਾਂ ਦੇ ਵਿੱਚ ਅੱਗੇ ਕਈ ਕੀ ਵਾਰ 올림픽ਸ ਹੋ ਚੁੱਕੀ ਆ ਜਾਂ ਜਿਨ੍ਹਾਂ ਕੋਲੇ ਤਜਰਬਾ ਹੈ ਜਾਂ ਜਿਨ੍ਹਾਂ ਕੋਲੇ ਕਹ ਲੋ ਕਿ ਇਨਫਰਾਸਟ੍ਰਕਚਰ ਹੈ ਜਾਂ ਜੇ ਆਪਾਂ ਖਿਡਾਰੀਆਂ ਦੇ ਪੱਖ ਤੋਂ ਜਾਂ ਖਿਡਾਰੀਆਂ ਦੀਆਂ ਸਹੂਲਤਾਂ ਦੇ ਪੱਖ ਤੋਂ ਹੋਰ ਜਿਹੜੀਆਂ ਸ਼ਰਤਾਂ ਦੀ ਆਪਾਂ ਗੱਲ ਕਰਦੇ ਆਂ 올림픽ਸ ਦੇ ਚਾਹੀਦੀਆਂ ਹੁੰਦੀਆਂ ਉਹ ਸਾਰੀਆਂ ਸ਼ਰਤਾਂ ਉਹ ਦੇਸ਼ ਬੜੇ ਚਿਰ ਦੀਆਂ ਪੂਰੀਆਂ ਕਰਦੇ ਆਂ ਹੁਣ ਉਹਨਾਂ ਸ਼ਰਤਾਂ ਤੋਂ ਉਹਨਾਂ ਸ਼ਰਤਾਂ ਨੂੰ ਪੂਰਾ ਕਰਕੇ ਉਸ ਲੜੀ ਦੇ ਵਿੱਚ ਉਸ ਲਾਈਨ ਦੇ ਵਿੱਚ ਜਾ ਕੇ ਖੜਨਾ ਜਾ ਕੇ ਡਿਮਾਂਡ ਕਰਨੀ ਮੇਰਾ ਖਿਆਲ ਭਾਰ ਦੇ ਲਈ ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਆਪਣੇ ਆਪ ਦੇ ਵਿੱਚ ਹੁਣ ਜੇ ਤੇ ਮੰਗ ਰੱਖ ਦਿੱਤੀ ਹੈ ਤੇ ਮੈਨੂੰ ਲੱਗਦਾ ਵੀ ਇਹ ਨੂੰ ਇਦਾਂ ਨਾ ਹੋਵੇ ਵੀ ਹਾਂ ਜਿਦਾ ਆਮ ਤੌਰ ਤੇ ਕਿਉਂਕਿ ਬਾਕੀ ਥਾਵਾਂ ਤੇ ਪਰੋਦਾ ਨਹੀਂ ਚੱਲਦਾ ਆਪਣੇ ਮੁਲਕ ਜਿੱਤੇ ਚਲੋ ਰਵਾਜ ਹੈ ਨਾ ਜੋ ਇਹ ਫਾਈਲ ਕੋ ਦੇ ਗਿਆ ਸੀ ਉਹ ਕਹਿੰਦੇ ਇੱਥੇ ਰੱਖ ਦੇ ਕਾਕਾ ਫੇਰ ਸ਼ੇਰਮੁੜ ਕੇ ਜਦੋਂ ਕਾਕਾ ਨਹੀਂ ਆਉਂਦਾ ਤੇ ਇਹ ਕਹਿੰਦਾ ਯਾਰ ਉਹ ਜੀ ਮੈਂ ਇੱਕ ਕਾਗਜ਼ ਦੇ ਕੇ ਤੁਹਾਨੂੰ ਇੱਕ ਫਾਈਲ ਦਿੱਤੀ ਉਹ ਕਹਿੰਦਾ ਯਾਰ ਇੱਥੇ ਵੇਖ ਲੈ ਕੇ ਤੇ ਫਾਈਲਾਂ ਦੇ ਥੱਲੇ ਹੋਣੀ ਤੇਰੀ ਫਾਈਲ ਵੀ ਉਹ ਜਿਹੜਾ ਕੰਮ ਆ ਆਪਣੇ ਜਰੂਰ ਚੱਲ ਜਾਂਦਾ ਉਹ ਬਾਕੀ ਥਾਵਾਂ ਤੇ ਨਹੀਂ ਚੱਲਦਾ ਮੈਂ ਸਿਰਫ ਇੰਨੀ ਬੇਨਤੀ ਕਰ ਲਾਂਗਾ ਵੀ ਹੁਣ ਜੇ ਭਾਰਤ ਨੇ ਦਾਅਵੇਦਾਰੀ ਰੱਖੀ ਆ ਤੇ ਇਹਨੂੰ ਕੰਟੀਨਿਊਟੀ ਦੇ ਵਿੱਚ ਰੱਖਿਆ ਜਾਵੇ ਵਾਰ-ਵਾਰ ਪੁੱਛਿਆ ਜਾਵੇ ਵੀ ਹਾਂਜੀ ਕਿੱਥੇ ਪਹੁੰਚਿਆ ਕਿਹੜੀ ਸ਼ਰਤ ਜੀ ਆਹ ਦੱਸੋ ਜੀ ਅਸੀਂ ਆਹ ਪੂਰਾ ਕਰਦੇ ਜੀ ਆਹ ਪੂਰਾ ਕਰਦੇ ਜੀ ਆਹ ਪੂਰਾ ਕਰਦੇ ਤਾਂ ਜੋ ਅਗਲਿਆਂ ਦੀ ਮਜਬੂਰੀ ਬਣ ਜੇ ਵੀ ਯਾਰ ਜੇ ਅ ਤੇ ਅਗਲਿਆਂ ਦਾ ਹੱਕ ਬਣਦਾ ਤੇ ਭਾਰਤ ਦੇ ਵਿੱਚ 2036 ਵਾਲੇ 올림픽ਸ ਹੋਣੀਆਂ ਚਾਹੀਦੀਆਂ ਮੈਨੂੰ ਲੱਗਦਾ ਵੀ ਇਹ ਚੰਗੀ ਗੱਲ ਐ ਪਰ ਉਹਦੇ ਲਈ ਕੰਮ ਕਰਨਾ ਪੈਣਾ ਸੰਧਾਲੀਆ ਸਾਹਿਬ ਜਦੋਂ ਭੋਜਨ ਕਰੀਦਾ ਨਾ ਰੋਟੀ ਜਦੋਂ ਖਾਈਦੀ ਆ ਤੇ ਉਹਦੇ ਤੋਂ ਬਾਅਦ ਜਿਹੜੇ ਥੋਡੇ ਵਰਗੇ ਸੱਜਣ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਥੋੜਾ ਗੁੜ ਹੋਵੇ ਜਾਂ ਸੌਂਫ ਹੋਵੇ ਜਾਂ ਤੁਸੀਂ ਥੋੜੀਆਂ ਕੋਈ ਮਿੱਠਾ ਨਹੀਂ ਬਣਾਇਆ ਨਾਲ ਕੋਈ ਕਸਟਰਡ ਹੋਵੇ ਕੋਈ ਸੇਵੀਆਂ ਹੋਣ ਇਦਾਂ ਦੀ ਚੀਜ਼ ਜਿਹੜੀ ਆ ਸ਼ਕੀਨ ਉਹ ਤੁਸੀਂ ਖਾਣ ਪੀਣ ਤੇ ਤੁਹਾਡੇ ਖਾਣੇ ਦੇ ਵਿੱਚ ਸ਼ਾਮਿਲ ਹੁੰਦੀਆਂ ਇਹ ਚੀਜ਼ਾਂ ਹੁਣ ਉਹ ਸਵਾਦ ਹੁੰਦਾ ਕਈ ਚੀਜ਼ਾਂ ਦਾ ਸਿਰਫ ਸਵਾਦ ਹੁੰਦਾ ਕਈ ਚੀਜ਼ਾਂ ਹਾਜ਼ਮੇ ਲਈ ਠੀਕ ਹੁੰਦੀਆਂ ਆਪਾਂ ਸਿਆਸੀ ਸਵਾਦ ਵੀ ਲੈਣਾ ਕਿਉਂਕਿ ਗੱਲਾਂ ਆਪਾਂ ਐਮਐਸਪੀ ਤੋਂ ਸ਼ੁਰੂ ਕੀਤੀਆਂ ਸੀ ਇੰਡਸਟਰੀ ਤੋਂ ਲੈ ਕੇ ਕਿੱਥੇ ਤੱਕ ਆਏ ਆ ਹੁਣ ਸਿਆਸੀ ਸਵਾਦ ਇਹ ਕਿ ਗਿੱਧੜਵਾਹਾ ਆ ਗਿਆ ਤੇ ਗਿੱਧੜਵਾਹੇ ਦੇ ਵਿੱਚ ਦੋ ਪੁਰਾਣੇ ਸਾਥੀ ਜਿਨ੍ਹਾਂ ਨੇ ਕਈ ਸਾਲ ਇਕੱਠਿਆਂ ਦੇਸ਼ ਵਿਦੇਸ਼ ਦੇ ਵਿੱਚ ਸਫ਼ਰ ਕੀਤਾ ਕਈ ਰੈਲੀਆਂ ਨੂੰ ਰੋਡ ਸ਼ੋਜ਼ ਨੂੰ ਇਕੱਠਿਆਂ ਸੰਬੋਧਨ ਕੀਤਾ ਇੱਕੋ ਰੰਗ ਦੀਆਂ ਦਸਤਾਰਾਂ ਕਈ ਸਾਲ ਲਗਾਤਾਰ ਸਜਾਈਆਂ ਉਹ ਦੋ ਪੁਰਾਣੇ ਸਾਥੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗਿੱਦੜਵਾਹੇ ਤੋਂ ਮਨਪ੍ਰੀਤ ਸਿੰਘ ਬਾਦਲ ਖੜੇ ਆ ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਡਿੰਪੀ ਢੋਹਰਾਂ ਨੂੰ ਖੜੇ ਕੀਤਾ ਫਿਰ ਚਰਚਾ ਚੱਲ ਪਈ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਬੜਾ ਵਧੀਆ ਕਲਾਕਾਰ ਸੀ ਪੈਸੇ ਕਮਾਉਂਦਾ ਸੀ ਕੰਮ ਕਰਦਾ ਸੀ ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾ ਲਈ ਤੇ ਮੈਨੂੰ ਕਹਿੰਦੇ ਪੰਜਾਬ ਬਚਾਉਣਾ ਭਗਵੰਤ ਆ ਜਾ ਤੇ ਮੈਂ ਕਹਿੰਦੇ ਸਭ ਕੁਝ ਛੱਡ ਛੜਾ ਕੇ ਚਲ ਪਿਆ ਵੀ ਪੰਜਾਬ ਬਚਾਉਣਾ ਸ਼ੀਦਿਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਪਿੰਡ ਜਾ ਕੇ ਕਹਿੰਦੇ ਹੱਥ 'ਚ ਮਿੱਟੀ ਫੜ ਲਈ ਕਿ ਨਾ ਕਾਂਗਰਸ ਜਾਵਾਂਗੇ ਨਾ ਅਕਾਲੀਆਂ ਜਾਵਾਂਗੇ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਮਨਪ੍ਰੀਤ ਸਿੰਘ ਬਾਦਲ ਕਦੋਂ ਕਾਂਗਰਸ ਜਾ ਕੇ ਬਠਿੰਡਿਓਂ ਚੌਂਡ ਲੜ ਲੱਗ ਪਏ ਮੈਂ ਤਾਂ ਪੰਜਾਬ ਦੇ ਲੋਕੋ ਜੇ ਵੀ ਉੱਥੇ ਹੀ ਖਲੋਤਾਂ ਹੀ ਤੇ ਨਾਲ ਹੀ ਉਰਦੂ ਦੇ ਸ਼ੇਰਾਂ ਦੀ ਉਹਨਾਂ ਨੇ ਗੱਲ ਕਰ ਦਿੱਤੀ ਕਿ ਪਾਈ ਅਜੇ ਤੱਕ 13-14 ਸਾਲ ਕਿਦੜ ਬਾਹੇ ਆਲਿਓ ਤੁਹਾਨੂੰ ਉਸ ਦੂਈ ਸੁਣਾਉਂਦੇ ਰਿਹਾ ਕੰਮ ਚਲਾਉਂਦੇ ਰਿਹਾ ਆਪਣਾ ਉਧਰ ਮਨਪ੍ਰੀਤ ਬਾਦਲ ਹੋ ਰਹੀ ਕਹਿੰਦੇ ਕਿ ਜਿਹੜੇ ਲੋਕ ਕਹਿੰਦੇ ਆ ਕਿ ਭਾਈ ਸ਼ਾਇਰੀ ਨਾ ਕੰਮ ਚਲਾ ਲਿਆ ਉਹ ਕਹਿੰਦੇ ਫਿਰ ਇੱਥੇ ਪਾਵਰ ਗ੍ਰਿਡ ਕਿੱਦਾਂ ਲੱਗ ਗੇ ਇੱਥੇ ਸੀਵਰ ਸਿਸਟਮ ਕਿੱਦਾਂ ਬਣ ਗਿਆ ਇੱਥੇ ਆ ਜਿਹੜੇ ਪਾਣੀ ਸ਼ੁੱਧ ਕਰਕੇ ਪਿਉਣ ਵਾਲੇ ਆ ਉਹ ਕਿੱਥੋਂ ਲੱਗ ਗੇ ਬੜੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਪਰ ਹੁਣ ਜਿੱਥੇ ਗਿੱਦੜਵਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੁਣ ਪੁੱਜ ਗਈ ਹੈ ਸੰਧਾਲੀਆ ਸਾਹਿਬ ਉਹ ਜੱਦਾ ਬਾਅਦ ਚ ਰੋਟੀ ਤੋਂ ਬਾਅਦ ਸੌਂਫ ਖਾਈ ਦੀ ਸਿਆਸੀ ਸਵਾਦ ਆਉਣ ਲੱਗ ਪਿਆ ਚਲੋ ਇੱਕ ਗੱਲ ਤੇ ਹੈਗੀ ਆ ਕਿ ਵੀ ਇਹ ਹੁਣ 5 7 10 ਦਿਨ ਹੋਰ ਅਜੇ ਕੰਮ ਚੱਲਣਾ ਕਿਉਂਕਿ ਇਲੈਕਸ਼ਨ ਦਾ ਜਿਹੜਾ ਡੇਟ ਆ ਉਹ ਅੱਗੇ ਹੋ ਗਈ 13 ਤੋਂ 20 ਕਰਤੀ ਇਹਦਾ ਮਤਲਬ 6-7 ਦਿਨ ਹੋਰ ਕੰਮ ਚੱਲੂਗਾ ਹੋ ਸਕਦਾ ਇੱਕ ਅੱਧਾ ਗੀੜਾ ਮੁੱਖ ਮੰਤਰੀ ਸਾਹਿਬ ਦਾ ਉੱਥੇ ਹੋਰ ਲੱਗ ਜਵੇ ਉਸ ਦਿਨ ਤੱਕ ਇਹਨਾਂ ਕੋਈ ਹੋਰ ਗਰਮਾ-ਗਰਮੀ ਹੋ ਜੇ ਪਰ ਇੱਕ ਗੱਲ ਆ ਵੀ ਇਹ ਇਹ ਜਿਹੜਾ ਕੰਮ ਨਿਜੀ ਹਮਲੇ ਵਾਲਾ ਹੋ ਜਾਂਦਾ ਨਾ ਨਿਜੀ ਹਮਲਿਆਂ ਦਾ ਨਾਮ ਲੈ ਕੇ ਜਿੱਦਾਂ ਹੁਣ ਜਿੱਦਾਂ ਡੇਰਾ ਬਾਬਾ ਨਾਨਕ ਗਏ ਸੀ ਉੱਥੇ ਰੰਧਾਵਾ ਸਾਹਿਬ ਦਾ ਨਾਮ ਲੈ ਕੇ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਸੀ ਇੱਕੋ ਫੁਲਾਨੀ ਫਾਈਲ ਆ ਇੱਕੋ ਫੁਲਾਨੀ ਫਾਈਲ ਵੀ ਆ ਮੇਰੇ ਕੋਲੇ ਉਦੇ ਇਤਾਲਾਂਗੇ ਰੰਦਾਵਾ ਸਾਹਿਬ ਨੇ ਡਾਇਰੈਕਟ ਕੀਤਾ ਪਉ ਤੇ ਆਉਨੇ ਆ ਗਿੱਦਰ ਬਾਹ ਜਾਂਦੇ ਨੇ ਤੇ ਉੱਥੇ ਮਨਪੀਵਾਲ ਸਾਹਿਬ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ ਹੁਣ ਇਹ ਜਿਹੜੀ ਚੀਜ਼ ਆ ਮਨ ਲੱਗਦਾ ਵੀ ਇਹ ਸਿਆਸਤ ਦੇ ਵਿੱਚ ਕਿਤਨਾ ਕਿਤੇ ਕਾਮਯਾਬੀ ਆ ਕਿਉਂਕਿ ਜਦੋਂ ਇੱਕ ਵੱਡੇ ਕੱਦ ਬੁੱਧ ਦੇ ਲੀਡਰ ਦੇ ਖਿਲਾਫ ਇੱਕ ਵੱਡੇ ਕੱਦ ਬੁੱਧਾਂ ਲੀਡਰ ਕੋਈ ਨਾ ਕੋਈ ਗੱਲ ਕਰਦਾ ਤੇ ਘਟੋ ਘਟ ਜਿਹੜੇ ਉਹਨਾਂ ਦੇ ਵਰਕਰ ਸਪੋਰਟਰ ਜਾਂ ਉਮੀਦਵਾਰ ਹੁੰਦੇ ਉਹਨਾਂ ਨੂੰ ਲੱਗਦਾ ਵੀ ਵੇਖਿਆ ਯਾਰ ਸਾਡੇ ਵਾਲੇ ਲੀਡਰ ਨੇ ਕੱਟ ਤੇ ਵਾਟ ਤੇ ਨੂੰ ਦੱਸਿਆ ਨਾ ਫਿਰ ਉਹਨੇ ਇਹ ਬੋਲਤੀ ਬੰਦ ਕਰਤੀ ਤੇ ਜਦੋਂ ਕਿਤੇ ਉਹਦਾ ਕੋਈ ਕਾਊਂਟਰ ਆ ਜਾਂਦਾ ਅਗਲੇ ਪਾਸਿਓਂ ਫਿਰ ਅਗਲੇ ਵੀ ਉਸੇ ਵੇਲੇ ਹੋ ਜਾਂਦੇ ਵਿੱਚ ਤਿੰਨੋਂ ਪਤਾ ਉਹਨੇ ਇੱਕ ਗੱਲ ਆਖੀ ਇਹਦੇ ਨੂੰ ਚਾਰ ਸੁਣਾਈਆਂ ਆਹ ਜਿਹੜਾ ਇੱਕ ਸਿਆਸੀ ਸਵਾਦ ਜਿਹੜਾ ਤੁਸੀਂ ਸ਼ਬਦ ਵਰਤਿਆ ਸੀ ਇਹ ਜ਼ਰੂਰ ਆਊਗਾ ਅਜੇ ਹਫ਼ਤਾ 10 ਦਿਨ ਹਾਂ ਨਤੀਜਾ ਤੇ ਲੋਕਾਂ ਨੇ ਕੜਨਾ ਉਹਨਾਂ ਨੇ ਦੇਖਣਾ ਵੀ ਕਿਹੜਾ ਉਹਨਾਂ ਨੂੰ ਕੈਂਡੀਡੇਟ ਠੀਕ ਲੱਗਦਾ ਕਿਹੜਾ ਉਮੀਦਵਾਰ ਠੀਕ ਲੱਗਦਾ ਕਿਹਦੀਆਂ ਗੱਲਾਂ ਸਿਰਫ ਗੱਲਾਂ ਹੀ ਨੇ ਜਾਂ ਕਿਹਦੀਆਂ ਗੱਲਾਂ ਦੇ ਵਿੱਚ ਥੋੜਾ ਬਹੁਤ ਸੱਚ ਵੀ ਆ ਤੇ ਉਹਨਾਂ ਨੂੰ ਲੱਗਦਾ ਵੀ ਹਾਂ ਯਾਰ ਉਹ ਸਾਡੇ ਲਈ ਕੁਝ ਕਰ ਸਕਦਾ ਜੇ ਆਪਾਂ ਉਹਨੂੰ ਚਿਤਾ ਦਈਏ ਇਹਦਾ ਫੈਸਲਾ ਕਰਨਾ ਉੱਥੋਂ ਦੇ ਇੰਨਾਂ ਸਾਰੀਆਂ ਸਟੋਰੀਆਂ ਚੋਂ ਹੁਣ ਜਿੱਦਾਂ ਮੰਨ ਲਓ ਜੇ ਮਨਪ੍ਰੀਤ ਬਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਕਦੀ ਇਕੱਠੇ ਸੀ ਉਦੋਂ ਵੀ ਤੇ ਪੰਜਾਬ ਵਾਲੇ ਵੇਖਿਆ ਹੀ ਐ ਅੱਜ ਉਹ ਵਿਰੋਧ ਚ ਨੇ ਅੱਜ ਵੀ ਪੰਜਾਬ ਵਾਲੇ ਦੇਖ ਰਹੇ ਆ ਤੇ ਇਥੋਂ ਇੱਕ ਗੱਲ ਨੂੰ ਡਿਸਾਈਡ ਕਰਕੇ ਚੱਲਣ ਕਿ ਕੱਲ ਨੂੰ ਉਹਨਾਂ ਨੇ ਪਤਾ ਨਹੀਂ ਵਿਰੋਧ ਚ ਹੋਣਾ ਕਿ ਇਕੱਠੇ ਹੋਣਾ ਆਪਾਂ ਨੂੰ ਨਹੀਂ ਪਤਾ ਇਸ ਕਰਕੇ ਆਪਣੇ ਆਂਡ ਗਵਾਂਡ ਜਿਹਦੇ ਨਾਲ ਬੂਥ ਲਾਉਣਾ ਜਿਹਦੇ ਨਾਲ ਮਾੜਾ ਮੋਟੇ ਇਧਰ ਉਧਰ ਕੋ ਚਾਨਣੀ ਕਨਾਤ ਦੇ ਵਿੱਚ ਬਹਿਣਾ ਬੂਣਾ ਉਥੇ ਕਿਤੇ ਲੜਾਈ ਝਗੜਾ ਨਾ ਕਰਕੇ ਬਹਿ ਜਾਓ ਇਹਨਾਂ ਦੀਆਂ ਗੱਲਾਂ ਸੁਣੀਆਂ ਸਵਾਦ ਲਿਆ ਤੇ ਅੱਗੇ ਲਾਂਗੇ ਬਾਕੀ ਠੀਕ ਐ ਸੰਧਾਲੀਆ ਸਭ ਪੰਜ ਕਵਾਰੀ ਵੱਡੇ ਬਾਦਲ ਸਾਹਿਬ ਇਥੋਂ ਜਿੱਤੇ ਫਿਰ ਚਾਰ ਕਵਾਰੀ ਮਨਪ੍ਰੀਤ ਸਿੰਘ ਬਾਦਲ ਜਿੱਤੇ ਤਿੰਨ ਵਾਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਜਿੱਤੇ ਆ ਹੁਣ ਜਦੋਂ ਦੀ ਬਾਈ ਇਲੈਕਸ਼ਨ ਦੀ ਕੰਸੋਰਸ ਸੀ ਮੌਜੂਦਾ ਸਰਕਾਰ ਨੇ ਵੀ ਗਰੰਟਾ ਮੰਤਰੀਆਂ ਨੂੰ ਭੇਜ-ਭੇਜ ਕੇ ਬਥੇਰੀਆਂ ਬਣਡੀਆਂ ਕੰਮ ਤਾਂ ਕੋ ਰਿਹਾ ਹੀ ਨਹੀਂ ਹੋਣਾ ਗਿੱਦੜਵਾਹੇ ਦੇ ਲੋਕ ਤਾਂ ਸੋਨੇ ਦੇ ਬਣ ਗਏ ਹੋਣੇ ਆ ਕੰਦਾ ਨੂੰ ਉੱਥੇ ਸੀਮਿੰਟ ਥੋੜੀ ਸੋਨਾ ਚਾਂਦੀ ਲੱਗੇ ਹੋਣੇ ਆ ਕਿਉਂਕਿ ਜਦੋਂ ਏਡੇ ਵੱਡੇ ਵੱਡੇ ਬੰਦੇ ਇਲੈਕਸ਼ਨ ਜਿੱਤਦੇ ਰਹੇ ਹੋਣ ਤੇ ਵੱਡੀਆਂ ਵੱਡੀਆਂ ਕੁਰਸੀਆਂ ਦੇ ਉੱਤੇ ਬੈਠੇ ਰਹਿੰ ਕਿਉਂਕਿ ਖਜ਼ਾਨਾ ਮੰਤਰੀ ਰਹੇ ਆ, ਟਰਾਂਸਪੋਰਟ ਮੰਤਰੀ ਵੀ ਮਿਲੇ, ਮੁੱਖ ਮੰਤਰੀ ਵੀ ਮਿਲੇ ਇਸ ਹਲਕੇ ਨੂੰ। ਤੇ ਜਦੋਂ ਸਾਰੀਆਂ ਵੱਡੀਆਂ ਕੁਰਸੀਆਂ ਵਾਲੇ ਬੰਦੇ ਮਿਲੇ, ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਸਥਾਨਕ ਮੈਨੀਫੈਸਟੋ ਕੀ ਜਾਰੀ ਕਰਨਗੇ ਲੀਡਰ ਜਿਹੜੇ ਉਮੀਦਵਾਰ ਨੇ ਕਿ ਅਸੀਂ ਕੀ ਕਰਾਂਗੇ ਜਦ ਕਰਨ ਵਾਲਾ ਕੁਝ ਰਿਹਾ ਹੀ ਨਹੀਂ ਹੋਣਾ। ਇਹ ਕੋਈ ਗੱਲ ਆ ਹੁਣ ਤੇ ਚਲੋ ਅਜੇ ਵਾਵਾ ਚੇਰ ਬਾਦਾਂ ਜ਼ਿਮਨੀ ਚੋਣਾਂ ਵਾਲਾ ਮਾਹੌਲ ਬਣਿਆ। ਕੱਲ ਥੋੜੀ ਜ਼ਿਕਰ ਤੁਸੀਂ ਕੀਤਾ ਹੀ ਸੀ ਇਸ ਗੱਲ ਦੀ। ਜ਼ਿਕਰ ਕੀਤਾ ਸੀ ਕਿ ਵੀ ਜਿੱਥੇ ਕਿਤੇ ਜ਼ਿਮਨੀ ਚੋਣਾਂ ਹੁੰਦੀਆਂ ਉੱਤੇ ਮਸਲੇ ਸਾਰੇ ਨਬੇੜ ਦਿੱਤੇ ਜਾਂਦੇ ਜੇ ਕਣਕ ਦੀ ਚੋਣੇ ਦੀ ਚਕਾਈ ਦੀ ਗੱਲ ਹੋ ਗਈ ਆ ਬਾਰ ਦਾਣੇ ਦੀ ਗੱਲ ਹੋ ਗਈ ਡੀਏਪੀ ਦੀ ਗੱਲ ਹੋ ਗਈ ਮੈਂ ਤਾਂ ਕਈ ਵਾਰ ਸੋਚਦਾ ਵੀ ਜਦੋਂ ਇਹ ਜਿਮਨੀ ਚੋਣਾ ਜਿਆ ਹੋਣ ਲੱਗ ਜਾਂਦੀਆਂ ਨਾ ਉਦੋਂ 5 ਸਾਲ ਦਾ ਵੇਲਾ ਨਹੀਂ ਰੱਖਣਾ ਚਾਹੀਦਾ 5 ਸਾਲਾਂ ਦੇ ਵਿੱਚ ਨਾ ਉਹਨਾਂ ਨੂੰ ਚਾਹੀਦਾ ਵੀ ਡੇਢ ਕਿ ਸਾਲ ਦੇ ਲਈ ਬੰਦਾ ਚੋਣਨਾ ਡੇਢ ਸਾਲ ਬਾਅਦ ਫਿਰ ਅਸੀਂ ਆਵਾਂਗੇ ਤੇ ਫਿਰ ਉੱਥੇ ਮਤਲਬ ਜਿਮਨੀ ਚੋਣ ਹੋਗੀ ਪਹਿਲਾਂ ਇਕੱਠੀਆਂ ਕਰਾ ਲੈਣ 117 ਹਲ ਕਹਿੰਦੀਆਂ ਫਿਰ ਮੁੜ ਕੇ ਉਦੋਂ ਬਾਅਦ ਮਤਲਬ ਤਿੰਨ ਹੀ ਮਹੀਨੇ ਚੋਣ ਤਿੰਨ ਹੀ ਮਹੀਨੇ ਚੋਣ ਅਲੱਗ-ਅਲੱਗ ਹਲਕਿਆਂ 'ਚ ਹੋ ਜਾ ਉਹ ਜਣੇ ਘੱਟੋ ਘਾਟ ਇਹਦੇ ਨਾਲ ਹਰੇਕ ਹਲਕਾ ਤੇ ਲਾਈਮਲਾਈਟ 'ਚ ਆ ਜਾਂਦਾ ਵੀ ਯਾਰ ਅੱਛਾ ਪੰਜਾਬ 'ਚ ਆ ਵੀ ਇੱਕ ਹਲਕਾ ਹੈਗਾ ਉਹ ਹਲਕੇ 'ਚ ਆ ਪਿੰਡ ਹੈ ਗਿਆ ਐਸ ਪਿੰਡ ਦੇ ਵਿੱਚ ਆ ਫਲਾਨੇ ਫਲਾਨੇ ਕੰਮ ਕਰਨ ਵਾਲੇ ਆ ਜਾਂ ਸ਼ਹਿਰ ਹੈਗਾ ਇਹ ਸ਼ਹਿਰ ਦੀਆਂ ਆਸਮਸਤੀਆਂ ਨੇ ਮੈਨੂੰ ਲੱਗਦਾ ਵੀ ਉਹਦੇ ਨਾਲ ਇਹ ਆ ਵੀ ਘੱਟੋ ਘਾਟ ਲੀਡਰ ਸਹਿਬਾਨਾਂ ਦਾ ਧਿਆਨ ਤੇ ਇੱਕ ਇੱਕ ਕਰਕੇ ਸਾਰੇ ਹਲਕਿਆਂ ਵਾਲੇ ਪਾਸੇ ਹੋ ਜਾਂਦਾ ਉਹ ਜਣੇ ਇਦਾਂ ਹੀ ਕਿਤੇ ਨਾ ਕਿਤੇ ਕੋਈ ਹੱਲ ਹੋ ਜੇ ਜਦੋਂ ਸਮੁੱਚੇ ਪੰਜਾਬ ਦੀ ਗੱਲ ਹੋ ਜਾਂਦੀ ਫੇਰ ਤੇ ਮੁੜ ਕੇ ਵਿਚਾਰੇ 5 ਸਾਲ ਜਿੱਦਾਂ ਉਹ ਪਤੰਗ ਜਿਹੀ ਲੁੱਟੀ ਜਾਂਦੀ ਤੇ ਐ ਤਾਨ ਮੂੰਹ ਚੁੱਕ ਕੇ ਵੇਂਦੇ ਰਹਿੰਦੇ ਜੀ ਨਹੀਂ ਯਾਰ ਮੈ ਉਹ ਕੰਮ ਹੀ ਚੱਲਦਾ ਰਹਿੰਦਾ ਚਲੋ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ WhatsApp ਬਿਲਕੁਲ ਸੰਧਾਲੀਆ ਸਭ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਪੰਜ ਸਿੰਘ ਸਹਿਬਾਨ ਵੀ ਸ਼ਾਮਿਲ ਹੋਣਗੇ ਵਿਦਵਾਨਾਂ ਦੀ ਉਸ ਮੀਟਿੰਗ ਦੇ ਵਿੱਚ ਤੇ ਕੋਈ ਕਿਧਰਲੇ ਪਾਸੇ ਉਹਨਾਂ ਨਤੀਜਾ ਨਿਕਲਦਾ ਅਗਲੀ ਕੋਈ ਮੀਟਿੰਗ ਹੁੰਦੀ ਹੈ ਨਜ਼ਰਾਂ ਤੁਹਾਡੀਆਂ ਸਾਡੀਆਂ ਸਾਰਿਆਂ ਦੀ ਟਿੱਕੇ ਲੜੀਆਂ ਬਹੁਤ ਸ਼ੁਕਰੀਆ ਸੰਧਾਲੀਆ ਸਭ ਮਿਹਰਬਾਨੀ ਬਹੁਤ ਧੰਨਵਾਦੀ ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆਂ ਜੀ ਫੀਡਬੈਕ ਆਪਣੀ ਤੁਸੀਂ ਜ਼ਰੂਰ ਭੇਜਦੇ ਰਿਹਾ ਕਰੋ ਇਧਰੋਂ ਉਧਰੋਂ ਕਈ ਤਰ੍ਹਾਂ ਦੀਆਂ ਖਬਰਾਂ ਅਫਵਾਹਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਸਾਰੀਆਂ ਦੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਹੁੰਦੀ ਉਹਨੂੰ 2-4 ਥਾਵਾਂ ਤੋਂ ਵੈਰੀਫਾਈ ਕਰਕੇ ਉਸ ਤੋਂ ਬਾਅਦ ਕੋਈ ਐਕਟ ਰਿਐਕਟ ਕਰਿਆ ਕਰੋ ਹੁਣ ਦੇਉ ਇਜਾਜ਼ਤ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ